ਜਸ ਗੱਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ। ਅਰਵਿੰਦ ਕੌਰ ਦੀ ਬਹੁਤ ਬਹੁਤ ਮਤਲਬ ਸਤਿ ਸ਼੍ਰੀ ਅਕਾਲ। ਬਹੁਤ ਸੋਹਣੇ ਦਿਹਾੜੇ ਅਸੀਂ ਇਕੱਠੇ ਹੋਏ ਹਾਂ। ਸੋ ਗੁਰਪੁਰਬ ਦੀਆਂ 550 ਪ੍ਰਕਾਸ਼ ਉਤਸਵ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵੀ। ਸੋ ਇੱਕ ਬਿਊਟੀਫੁਲ ਗੱਲ ਅੱਜ ਹੋਈ ਹੈ ਜਿਹੜੀ ਮੇਰੇ ਨਾਲ, ਜਿਹਨੇ ਮੈਨੂੰ ਐਕਸਾਈਟ ਵੀ ਕੀਤਾ ਹੋਇਆ, ਥੋੜ੍ਹਾ ਨਰਵਸ ਵੀ ਕੀਤਾ ਹੋਇਆ, ਕਿ ਮੇਰੀ ਬਹੁਤ ਕਹਿੰਦੇ ਨਾ ਸੋਹਣਾ ਮਿੱਤਰ, ਸਖੀ, ਸਹੇਲੀ, ਉਹ ਬਹੁਤ ਸਾਲ ਪਹਿਲੇ ਅਸੀਂ ਜਿਹੜੇ ਮਿਲੇ, ਮਨਜਿੰਦਰਪਾਲ ਭੈਣ ਜੀ। ਮਨਜਿੰਦਰ ਭੈਣ ਜੀ, ਥੈਂਕ ਯੂ ਸੋ ਮੱਚ ਫੋਰ ਬੀਇੰਗ ਹੇਅਰ। ਇੱਕ ਘੜੀ ਦੇ ਵਿੱਚ ਅਸੀਂ ਮਤਲਬ ਗੱਲ ਕੀਤੀ ਹੈ ਅਤੇ ਅਸੀਂ ਦੋਨੋਂ ਇੱਥੇ ਇਕੱਠੇ ਹੋ ਗਏ ਹਾਂ। ਇਹ ਮੇਰੇ ਖਿਆਲ ਡੈਸਟੀਨੀ ਡੈਫੀਨੇਟਲੀ ਹੈ, ਮੈਂ ਬਿਲੀਵ ਕਰਦੀ ਹਾਂ ਇਹਦੇ 'ਚ। ਪਰ ਅਸੀਂ ਬਹੁਤ ਦੇਰ ਪਹਿਲੇ ਮਿਲੇ ਔਰ ਅੱਜ ਦੇ ਦਿਨ ਵਾਸਤੇ, ਗੁਰਪੁਰਬ ਸੈਲੀਬ੍ਰੇਟ ਕਰਨ ਵਾਸਤੇ ਜਿਹੜਾ ਅਸੀਂ ਇਕੱਠੇ ਹੋ ਗਏ ਹਾਂ, ਇਹ ਮੈਨੂੰ ਲੱਗਦਾ ਕਿ ਵਾਹਿਗੁਰੂ ਦਾ ਕੁਝ ਹੈਗਾ ਹੱਥ ਦੇ ਵਿੱਚ। ਆਫਕੋਰਸ ਹਰ ਚੀਜ਼ ਵਿੱਚ ਹੈ, ਬਟ ਥੈਂਕ ਯੂ ਸੋ ਮੱਚ ਫੋਰ ਬੀਇੰਗ ਹੇਅਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਭੈਣ ਜੀ ਦਾ ਵਟਸਐਪ ਕਾਲ ਆਇਆ ਘੰਟਾ ਹੀ ਪਹਿਲਾਂ। ਹੁਣ ਮੈਂ ਬੈਠੀ ਹੋਈ ਸਾਂ ਇੱਕ ਕਾਨਫਰੰਸ ਹਾਲ ਵਿੱਚ, ਜਿੱਥੇ ਮੈਂ ਪਹੁੰਚੀ ਹਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ। ਹਰ ਜਣਾ ਕਹਿੰਦਾ ਹੈ ਵੀ ਜੋ ਕੁਛ ਵੀ ਮੈਂ ਕਰ ਰਿਹਾ, ਜਿਵੇਂ ਰੋਟੀ ਵੀ ਪਕਾ ਰਿਹਾ, ਗੁਰੂ ਨਾਨਕ ਦੇ ਨਾਂ 'ਤੇ ਮੈਂ ਰੋਟੀ ਪਕਾਉਣੀ। ਸੋ ਇਹ ਕਾਨਫਰੰਸ ਦੂਸਰੀ ਵਾਰੀ ਹੋ ਰਹੀ ਹੈ ਜੋ ਔਰਗਨਾਈਜ਼ ਕਰ ਰਹੇ ਨੇ, ਇੱਕ ਹਿਊਮਨ ਰਾਈਟਸ ਔਰਗਨਾਈਜੇਸ਼ਨ, ਅਤੇ ਉਹਨਾਂ ਨੇ ਬੁਲਾਇਆ ਸੀ ਬੋਲਣ ਵਾਸਤੇ। ਸੋ ਮੈਂ ਉੱਥੇ ਬੈਠੀ ਸਾਂ, ਉਹਨਾਂ ਦਾ ਉਦਘਾਟਨ ਹੋ ਰਿਹਾ ਸੀ ਜਦੋਂ ਭੈਣ ਜੀ ਦਾ ਕਾਲ ਆਇਆ। ਹਾਂਜੀ, ਸੋ ਸਮਹਾਓ ਮੈਨੂੰ ਪਤਾ ਲੱਗਿਆ ਕਿ ਤੁਸੀਂ ਕਿਤੇ ਚੰਡੀਗੜ੍ਹ ਦੇ ਨੇੜੇ ਹੋ। ਮੇਰੇ ਸਾਰੇ ਪਰਿਵਾਰ ਨੂੰ ਪਤਾ ਹੈ ਕਿ ਮੈਂ ਚੰਡੀਗੜ੍ਹ ਆਈ ਹੋਈ ਹਾਂ। ਸੋ ਇੱਥੋਂ ਅਸੀਂ ਅੱਜ ਕੱਲ੍ਹ ਗੱਲਬਾਤ ਕਰ ਰਹੇ ਹਾਂ ਸਾਰਿਆਂ ਨਾਲ, ਅਤੇ ਉਹੀ ਉੱਥੋਂ ਫਿਰ ਗੱਲ ਅੱਗੇ, ਦੈਟਸ ਹਿਸਟਰੀ, ਕਿ ਅਸੀਂ ਇੱਥੇ ਪਹੁੰਚ ਗਏ ਹਾਂ। ਸੋ ਹੁਣ ਮੈਨੂੰ ਦੱਸੋ, ਮੈਨੂੰ ਸਵਾਦ ਆ ਰਿਹਾ ਕਿ ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ, ਅਤੇ ਉਹੀ ਕਿ ਤੁਸੀਂ ਸ਼ੇਅਰ ਕਰੋ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਆਏ ਹੋ। ਜਿਵੇਂ ਤੁਸੀਂ PU 'ਚ ਆਏ ਹੋ, ਪੰਜਾਬ ਯੂਨੀਵਰਸਿਟੀ 'ਚ ਆਏ ਹੋ ਰਾਈਟ ਨਾਓ, ਅਤੇ ਥੋੜ੍ਹਾ ਜਿਹਾ ਹੋਰ ਦੱਸੋ। ਕੱਲ੍ਹ ਪਰਸੋਂ ਤੁਸੀਂ ਸੁਲਤਾਨਪੁਰ ਲੋਧੀ ਵੀ ਸੀਗੇ, ਸੋ ਹਾਂਜੀ ਹਾਂਜੀ, ਥੋੜ੍ਹਾ ਚਾਣਨਾ ਪਾਓ ਵੀ ਹੁਣ ਕੱਲ੍ਹ ਕਿੱਥੇ ਹੋਵੋਗੇ। ਹਾਂਜੀ, ਮੈਂ ਕਹਾਂਗੀ ਮੈਂ ਇਕੱਲੀ ਨਹੀਂ ਹਾਂ, ਸਾਰੀ ਜਗਤ ਵਿੱਚ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਹੋਣ ਕਰਕੇ ਅਸੀਂ ਸ਼ੇਅਰ ਕਰ ਰਹੇ ਹਾਂ ਜੀ। ਪੂਰੀ ਜਗਤ ਵਿੱਚ ਇੱਕ ਇੰਨਾ ਵੱਡਾ ਚਾਹ ਹੈ ਜੀ ਵੀ ਕੱਲ੍ਹ ਨੂੰ ਪੂਰੇ ਜਗਤ ਦਾ ਜਨਮ ਦਿਨ ਹੈ, ਸਹੀ ਕਹਿ ਲਓ, ਹੈ ਨਾ। ਜਦੋਂ ਆਪਣਾ ਜਨਮ ਦਿਨ ਹੋਵੇ, ਤੁਹਾਨੂੰ ਇੱਕ ਚਾਹ ਹੁੰਦਾ ਹੈ ਵੀ ਇਹ ਕੌਣ ਕਿਸ ਤਰ੍ਹਾਂ ਮਨਾਏਗਾ ਸਾਡਾ ਜਨਮ ਦਿਨ, ਹੈ ਨਾ ਜੀ। ਹਾਂਜੀ, ਪਰ ਇੱਥੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿੱਖ ਨੇ, ਨਾਮ ਲੇਵਾ ਨਾਨਕ ਨਾਮ ਲੇਵਾ ਸਿੱਖ ਨੇ, ਉਹਨਾਂ ਦੇ ਮਨ ਵਿੱਚ ਇੱਕ ਚਾਹ ਹੈ, ਕਿਉਂਕਿ ਸ਼ਾਇਦ ਕਿਉਂਕਿ 21ਵੀਂ ਸਦੀ ਹੈ, 21ਵੀਂ ਸਦੀ ਵਿੱਚ ਜੋ ਸਾਡੇ ਕੋਲ ਸਹੂਲਤਾਂ ਨੇ ਇੰਟਰਨੈਟ ਦੀਆਂ, ਉਹਦੇ ਅਨੁਸਾਰ ਲੋਕਾਂ ਨੇ ਬਹੁਤ ਸਾਰਾ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ ਹੈ, ਵੀਡੀਓਜ਼ ਬਣੇ ਨੇ, ਗਾਣੇ, ਗੀਤ, ਹਿਸਟਰੀ ਫੋਲੀ ਹੈ, ਮਤਲਬ ਵੀ ਸਾਰੀ ਦੁਨੀਆ ਮਾਹਿਰ ਹੋ ਗਈ ਹੈ ਗੁਰੂ ਨਾਨਕ ਸਾਹਿਬ 'ਤੇ। ਸੋ ਇਸ ਕਰਕੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਆਈ ਹੋਈ ਹੈ। ਮੈਂ ਵੀ ਮਲੇਸ਼ੀਆ, ਮੇਰੇ ਅੰਮੀ ਰਹਿੰਦੇ ਨੇ, ਉਹਨਾਂ ਨੂੰ ਮੈਂ ਮਿਲਣ ਗਈ ਸਾਂ, ਉਹਨਾਂ ਦੀ ਤਬੀਅਤ ਨਹੀਂ ਸੀ ਠੀਕ, ਅਤੇ ਮੈਂ ਉਹਨਾਂ ਦੀ ਪਰਮਿਸ਼ਨ ਲੈ ਕੇ ਮੈਂ ਕਿਹਾ ਮੈਂ ਚੱਲੀ ਹਾਂ ਅੰਮ੍ਰਿਤਸਰ, ਕਿਉਂਕਿ ਆਪਾਂ ਗੁਰਪੁਰਬ ਮਨਾਉਣਾ ਹੈ। ਅੰਮੀ ਕਹਿੰਦੇ ਹਾਂ ਤੁਸੀਂ ਜਾਓ। ਸੋ ਇਸ ਕਰਕੇ ਅੰਮ੍ਰਿਤਸਰ ਮੈਂ ਰਹਿੰਦੀ ਵੀ ਹਾਂ 6 ਮਹੀਨੇ 1 ਸਾਲ ਦੇ ਵਿੱਚ, ਅਤੇ ਉੱਥੇ ਜਿੱਥੇ ਦਰਬਾਰ ਸਾਹਿਬ ਲਾਗੇ ਹੀ ਘਰ ਹੈ ਜੀ ਜੀ। ਅਤੇ ਪਰ ਮੈਂ ਨਾਲ ਸਾਰਿਆਂ ਨੂੰ ਜ਼ਰੂਰ ਦੱਸਦਾ ਕਿ ਇਹ ਇੰਟਰਨੈਸ਼ਨਲ ਲੀਗਲ ਐਡਵਾਈਜ਼ਰ ਡਾਇਰੈਕਟਰ ਬੇਸਿਕਲੀ ਯੂਨਾਈਟਿਡ ਸਿੱਖਸ ਦੇ ਵੀ ਹੈਗੇ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਜਸਟਿਸ ਦੇ ਬਿਹਾਫ 'ਤੇ ਲੜਾਈਆਂ ਅਸੀਂ ਲੜ ਰਹੇ ਹਾਂ ਅੱਜ, ਸਿੱਖ ਪੂਰਾ ਡਾਇਸਪੋਰਾ ਜਿਹੜਾ ਲੜ ਰਿਹਾ, ਉਹ ਇਹਨਾਂ ਦੀ ਲੀਡਰਸ਼ਿਪ ਦੇ ਅੰਡਰ ਵੀ ਹੁੰਦਾ ਹੈ, ਗਾਈਡੈਂਸ ਦੇ ਅੰਡਰ ਵੀ ਹੁੰਦਾ ਹੈ। ਸੋ ਸਾਡੇ ਬੜੇ ਧੰਨਵਾਦ ਹੈ ਕਿ ਵੀ ਆਰ ਟਾਕਿੰਗ ਟੂ ਹਰ ਟੂਡੇ। ਸੋ ਹਾਂਜੀ ਹਾਂਜੀ, ਸੋ ਮੈਂ ਦੱਸ ਰਹੀ ਸਾਂ ਵੀ ਬਹਾਨਾ ਬਣਦਾ ਹੈ ਕਿਤੇ ਪਹੁੰਚਣ ਦਾ ਜੀ। ਸੋ ਬਹਾਨਾ ਸੀ ਇੱਕ ਕਾਨਫਰੰਸ 'ਤੇ ਮੈਨੂੰ ਅੱਜ ਬੁਲਾਇਆ ਹੈ, ਜੋ ਮੈਂ ਜਾ ਕੇ ਹੁਣ ਪਹੁੰਚ ਕੇ ਬੋਲਣਾ ਵੀ ਹੈ, ਅਤੇ ਪਰ ਭੈਣ ਜੀ ਨੇ ਕਿਹਾ ਵੀ ਤੁਸੀਂ ਆਣ ਕੇ ਜ਼ਰੂਰ ਇਹਨਾਂ ਦੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਗੱਲ ਸਾਂਝੀ ਕਰੋ, ਅਤੇ ਮੈਂ ਕਿਹਾ ਚਾਹ ਹੁੰਦਾ ਆ, ਕਿਉਂਕਿ ਗੁਰੂ ਨਾਨਕ ਬਾਰੇ ਬੋਲਣਾ। ਅੱਜ ਹੀ ਮੈਂ ਕਿਸੇ ਨਾਲ ਵਟਸਐਪ ਸ਼ੇਅਰ ਕਰ ਰਹੀ ਸਾਂ, ਇੱਕ ਸੀਨੀਅਰ ਟੈਲੀਵਿਜ਼ਨ ਪ੍ਰੋਡਿਊਸਰ ਹੈ, ਅਤੇ ਉਹ ਕਹਿੰਦੇ ਤੁਹਾਡੀ ਕਾਨਫਰੰਸ 'ਤੇ ਨਹੀਂ ਮੈਂ ਆ ਸਕਦੀ, ਜਿੱਥੇ ਮੈਂ ਬੋਲਣਾ ਸੀ ਮੇਰੀ ਕਾਨਫਰੰਸ ਨਹੀਂ ਹੈ, ਪਰ ਕਿਉਂਕਿ ਮੈਂ ਕਿਤੇ ਹੋਰ ਹਾਂ। ਮੈਂ ਕਿਹਾ ਠੀਕ ਹੈ, ਕੋਈ ਗੱਲ ਨਹੀਂ, ਗੁਰਪੁਰਬ ਦੀ ਵਧਾਈ ਸਾਰਿਆਂ ਨੂੰ ਆਪਾਂ ਦਿੰਦੇ ਹਾਂ। ਅਤੇ ਉਹ ਕਹਿੰਦੇ ਹਾਂਜੀ ਗੁਰਪੁਰਬ ਦੀ ਵਧਾਈ, ਅਤੇ ਮੈਂ ਕਿਹਾ, ਅਤੇ ਉਹ ਕਹਿੰਦੇ, ਮੈਂ ਕਿਹਾ ਗੁਰੂ ਨਾਨਕ, ਮੈਂ ਬਾਇਸਡ ਹਾਂ, ਮੈਂ ਪੱਖ ਦੀ ਗੱਲ ਕਰ ਰਹੀ ਹਾਂ ਕਿ ਗੁਰੂ ਨਾਨਕ ਸਭ ਤੋਂ ਕੀ ਵਰਡ ਮੈਂ ਅੰਗਰੇਜ਼ੀ 'ਚ ਬੋਲਿਆ ਸੀ, ਇਜ਼ ਵਨ ਆਫ ਅ ਕਾਇੰਡ, ਮਤਲਬ ਗੁਰੂ ਨਾਨਕ ਵਰਗੇ ਸਿਰਫ ਗੁਰੂ ਨਾਨਕ ਨੇ। ਮੈਂ ਕਿਹਾ ਮੈਂ
मैं एक बायस सिख होने करके कह रही हूँ, कहते नहीं तुम बायस सिख नहीं हो, सारे मानते हैं भी गुरु नानक वन ऑफ अ काइंड है ना। नहीं मजिदबल जी, दिस इज़ राइट, क्योंकि अज जो गल कर रहे ना कि मुसलमान की क्रिश्चन की हिंदू पंजाबी सब गुरु नानक की गल कर रहे हैं, अपना पीर कह के, ये नहीं भी सिखा का पीर है, अपना पीर पैगंबर कह के उन्होंने गल हो रही है। सो ਉਹ ਸਹੀ ਹੈ। ਅਤੇ ਆਮ ਤੌਰ 'ਤੇ ਜਦੋਂ ਤੁਹਾਡੇ ਬੱਚੇ ਨੂੰ ਕੋਈ ਕਹਿ ਦੇਵੇ ਵੀ ਇਹ ਮੇਰਾ ਬੱਚਾ ਹੈ, ਤੁਸੀਂ ਕਹਿ ਦਿੰਦੇ ਹਾਂ ਥੈਂਕ ਯੂ ਵੈਰੀ ਮੱਚ, ਹੈ ਨਾ। ਹਾਂਜੀ, ਪਰ ਇਹ ਅਸੀਂ ਮਾਣ ਨਾਲ ਸ਼ੇਅਰ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੀ ਸਾਂਝੀਵਾਲਤਾ ਹੈ। ਹਾਂਜੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਐਕਸਕਲੂਸਿਵਿਟੀ ਨਹੀਂ ਰੱਖੀ। ਗੁਰੂ ਨਾਨਕ ਸਾਹਿਬ ਜਦੋਂ ਵੇਣੀ ਨਦੀ ਤੋਂ ਨਿਕਲੇ ਸਨ ਅਤੇ ਉਹਨਾਂ ਨੇ ਜਦੋਂ ਬੋਲੇ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਉਹਨਾਂ ਦਾ ਕਹਿਣ ਦਾ ਮਤਲਬ ਵੀ ਆਪਾਂ ਸਾਰੇ ਇੱਕ ਹਾਂ, ਨਾ ਕਿ ਉਹਨਾਂ ਨੇ ਦੋ ਧਰਮਾਂ ਦੇ ਲੋਕਾਂ ਦੀ ਗੱਲ ਕੀਤੀ, ਕਿਉਂਕਿ ਉਸ ਵੇਲੇ ਜ਼ਿਆਦਾ ਨੰਬਰਾਂ 'ਚ ਹਿੰਦੂ ਅਤੇ ਮੁਸਲਮਾਨ ਸਨ। ਸੋ ਉਹਨਾਂ ਨੇ ਜੋ ਐਕਸਪ੍ਰੈਸ਼ਨ ਦਿੱਤਾ ਵੀ ਆਪਾਂ ਇੱਕ ਹਾਂ, ਸੋ ਇਸ ਕਰਕੇ ਸਾਨੂੰ ਵੀ ਨਹੀਂ ਲੱਗਦਾ ਵੀ ਕੋਈ ਸਾਡਾ ਗੁਰੂ ਮਲ ਕੇ ਬੈਠਾ ਹੈ, ਅਤੇ ਨਾ ਹੀ ਉਹਨਾਂ ਨੂੰ ਲੱਗਦਾ ਵੀ ਅਸੀਂ ਇਹਨਾਂ ਦੇ ਗੁਰੂ ਨੂੰ ਕਿਉਂ ਕੁਛ ਕਹੀਏ। ਸੋ ਇੰਨੇ ਸਾਂਝੀਵਾਲਤਾ ਨੇ ਦੇ ਨੇ ਕਿ ਅਸੀਂ ਸ਼ੇਅਰ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੀ ਖੁਸ਼ੀ। ਸੋ ਉਹੀ ਫਿਰ ਹੁਣ ਤੁਸੀਂ ਕਿਹੜੀ ਤੁਸੀਂ ਆਪਣੀ ਥੋੜ੍ਹੀ ਸ਼ੇਅਰ ਕਰੋ ਕਿ ਜੋ ਤੁਸੀਂ ਇੱਥੇ ਕਰਨ ਆਏ ਹੋ, ਇਸ ਘੜੀ ਤੁਹਾਡਾ ਗੋਲ ਕੀ ਚੱਲ ਰਿਹਾ ਗੁਰੂ ਨਾਨਕ ਨਾਲ ਜੁੜੇ, ਜ਼ਰੂਰ ਸਾਡੇ ਨਾਲ ਇਹ ਸ਼ੇਅਰ ਕਰੋ। ਹਾਂਜੀ, ਮੈਂ ਯੂਨਾਈਟਿਡ ਸਿੱਖਸ ਨਾਲ 2002 ਤੋਂ ਜੁੜੀ ਸਾਂ, ਜਦੋਂ 2003 ਵਿੱਚ ਹੀ ਇੱਕ ਵੱਡਾ ਕੈਂਪੇਨ ਸ਼ੁਰੂ ਕੀਤਾ ਸੀ ਬੀਬੀਆਂ ਦੇ ਸੇਵਾ ਦਾ ਹੱਕ ਦਾ, ਜੋ ਬਹੁਤ ਸਾਰੇ ਜਿਹੜੇ ਵੀਰ ਨੇ ਉਹ ਕਈ ਵਾਰ ਹੱਕ ਵਿੱਚ ਨਹੀਂ ਹੁੰਦੇ, ਪਰ ਮੈਂ ਤੁਹਾਨੂੰ ਕਹਿੰਦੀ ਤੁਸੀਂ ਫਿਕਰ ਨਾ ਕਰੋ, ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਨੇ। ਉਹ ਕੈਂਪੇਨ 2003 ਵਿੱਚ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਲਗਾਤਾਰ ਯੂਨਾਈਟਿਡ ਸਿੱਖਸ ਨਾਲ ਹੁਣ ਤੱਕ ਸੇਵਾ ਕਰਦੇ ਆਏ ਹਾਂ, ਅਤੇ ਤਕਰੀਬਨ ਮੇਰੀ ਸੇਵਾ ਜ਼ਿਆਦਾ ਹੁੰਦੀ ਹੈ ਹੱਕਾਂ ਦੀ। ਜਿਸ ਤਰ੍ਹਾਂ ਅੱਜ ਦੇ ਦਿਨ ਇੱਕ ਵੀਰ ਪਾਕਿਸਤਾਨ ਤੋਂ ਸਾਈਪਰਸ ਪੜ੍ਹਨ ਗਿਆ ਸੀ, ਅਤੇ ਉਹਦੀ ਕਿਰਪਾਨ ਪੁਲਿਸ ਨੇ ਵੇਖ ਕੇ ਲਹਾਤੀ, ਉਹਨੂੰ ਕੇਸ ਵੀ ਹੋਈ, ਕਿਉਂਕਿ ਉਸ ਦੇਸ਼ ਵਿੱਚ ਤੁਸੀਂ 3 ਇੰਚ ਤੋਂ ਘੱਟ ਪਾਓ ਤਾਂ ਤੁਸੀਂ ਠੀਕ ਹੈ, ਉਹਨੂੰ ਪਤਾ ਨਹੀਂ ਸੀ ਉਹਦੀ ਕਿਰਪਾਨ ਦੀ ਬਲੇਡ ਵੱਧਦੀ ਸੀ। ਸੋ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ। ਉਸੇ ਤਰ੍ਹਾਂ ਅੱਜ ਦੇ ਦਿਨ ਸਵੀਡਨ ਵਿੱਚ ਕੇਸ ਹੈ, ਨੋਰਵੇ ਵਿੱਚ ਵੀ ਦਸਤਾਰ ਦੀ ਕੇਸ ਹੈ। ਸੋ ਇਹ ਤਾਂ ਹੁਣ ਬਣ ਗਿਆ ਇੱਕ ਰੂਟੀਨ। ਸੋ ਇਸ ਕਰਕੇ ਕਿਉਂਕਿ ਅਸੀਂ ਇਸਦਾ ਸਿਸਟਮ ਬਣਾਇਆ ਹੋਇਆ ਯੂਨਾਈਟਿਡ ਸਿੱਖਸ ਵਿੱਚ, ਜਿੱਥੇ ਵੀ ਕੇਸ ਹੋਵੇ, ਜਿਸ ਤਰ੍ਹਾਂ ਹੁਣ ਨਿਊ ਸਾਊਥ ਵੇਲਸ ਵਿੱਚ ਸਿਡਨੀ ਵਿੱਚ ਖਾਸ ਕਰਕੇ ਸਿੱਖਾਂ ਨੇ ਕਿਹਾ ਸੀ ਤੁਸੀਂ ਸਾਡੇ ਜਿਹੜੇ ਸਾਈਕਲਿਸਟ ਨੇ ਉਹ ਚਾਹੁੰਦੇ ਅਸੀਂ ਦਸਤਾਰ ਸਜਾ ਕੇ ਬਾਈਸਕਲ ਚਲਾ ਸਕੀਏ, ਅਤੇ ਫਿਰ ਉਹਨਾਂ ਦੇ ਹੱਕ ਵਿੱਚ ਜੋ ਕੰਮ ਕਰਨੇ ਸਨ ਅਸੀਂ ਉਸ ਸੰਗਤ ਨਾਲ ਕਰ ਰਹੇ ਹਾਂ। ਸੋ ਤਕਰੀਬਨ ਮੈਂ ਫਿਰ ਤੂੰ ਨਹੀਂ ਚੱਕਰਵਰਤੀ ਵਕੀਲ ਹਾਂ, ਜਿੱਥੇ ਕੋਈ ਲੋੜ ਪਵੇ, ਕਿਉਂਕਿ ਸਾਡਾ ਕੰਮ ਹੁਣ ਅਸੀਂ ਹੁਣ ਹੋ ਗਏ ਨੇ 15-16 ਸਾਲ ਇਹੀ ਕੰਮ ਕਰਦੇ ਨੂੰ, ਇੱਕ ਤਰ੍ਹਾਂ ਦੀ ਅੱਖ ਬੰਦ ਕਰਕੇ ਨਹੀਂ ਮੈਂ ਕਹਾਂਗੀ ਕੰਮ ਹੋ ਜਾਂਦਾ ਹੈ, ਕਿਉਂਕਿ ਹਰ ਕੇਸ ਸੋ ਮਚ ਆਫ ਐਕਸਪੀਰੀਅੰਸ ਇਨ ਦਿਸ। ਪਰ ਸਭ ਤੋਂ ਸੋਹਣੀ ਚੀਜ਼ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉਸ ਪਿੰਡ ਦੇ ਲੋਕਾਂ ਨੂੰ ਕਿਹਾ ਸੀ ਨਾ, ਉੱਜੜ ਜਾਓ। ਮੈਂ ਇਹ ਕਹਾਣੀ ਬਾਰ ਬਾਰ ਦੱਸਦੀ ਹੁੰਦੀ ਹਾਂ ਕਿ ਕਿਸ ਤਰ੍ਹਾਂ ਸਿੱਖ ਅੱਜ, ਮੈਂ ਉੱਜੜ ਲਫ਼ਜ਼ ਵਰਤ ਕੇ ਨਾਲ ਹੀ ਦੱਸਾਂਗੀ, ਗੁਰੂ ਸਾਹਿਬ ਦੇ ਲਫ਼ਜ਼ ਨੇ ਵੀ ਤੁਸੀਂ ਉੱਜੜ ਕੇ ਵਸੋ, ਮਤਲਬ ਵੀ ਆਪਣੀ ਬਹੁਤ ਵਧੀਆ। ਲੈਟ ਮੀ ਯਾ ਥੋੜਾ ਜਿਹਾ ਹੌਲਟ ਦਿੰਦੇ ਆ ਇਸੇ ਥੌਟ ਦੇ ਉੱਤੇ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੁਰੂ ਨਾਨਕ ਸਾਹਿਬ ਦੀ ਲਾਈਫ ਤੇ ਕੰਟਰੀਬਿਊਸ਼ਨ ਨੂੰ ਸੈਲੀਬ੍ਰੇਟ ਕਰ ਰਹੇ ਆ, ਐਂਡ ਨਾਲ ਹੈਗੇ ਨੇ ਸਾਡੇ ਮਜਿੰਦਰਪਾਲ ਭੈਣ ਜੀ। ਮਜਿੰਦਰ ਜੀ, ਦੱਸੋ, ਅਸੀਂ ਤੁਸੀਂ ਕੁਛ ਥੌਟ ਸ਼ੇਅਰ ਕਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਪ ਉਦਾਸੀਆਂ ਕੀਤੀਆਂ ਤੇ ਨਾਲ ਹੀ। ਹਾਂਜੀ, ਜਦੋਂ ਉਹ ਗਏ ਸਨ ਉਸ ਪਿੰਡ ਵਿੱਚ, ਕਹਿੰਦੇ ਨੇ ਖਾਲੜਾ ਪਿੰਡ ਹੈ ਜਿੱਥੇ ਚੰਗੇ ਸਿੱਖ ਮਿਲੇ ਸਨ, ਅਤੇ ਫਿਰ ਇੱਕ ਹੋਰ ਪਿੰਡ ਗਏ ਸਨ ਜਿੱਥੇ ਮਾੜੇ ਸਨ, ਹੈ ਨਾ। ਮਾੜੇ ਮਤਲਬ ਇੰਨੇ ਚੰਗੇ ਨਹੀਂ, ਗੁਰੂ ਸਾਹਿਬ ਦੇ ਅੱਖਾਂ ਵਿੱਚ ਕੋਈ ਨਹੀਂ ਸੀ ਮਾੜਾ। ਇਹ ਹੈ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਦੇਣ ਵੀ ਉਹਨਾਂ ਨੇ ਭੂਮੀਆਂ ਚੋਰ ਵਿੱਚ ਚੋਰੀ ਨਹੀਂ ਵੇਖੀ, ਉਹਨਾਂ ਨੇ ਭੂਮੀਆਂ ਚੋਰ ਦੇ ਜਿਹੜੇ ਗੁਣ ਸਨ ਵੀ ਉਹ ਸੱਚ ਬੋਲਦੇ ਸਨ। ਕਹਿੰਦੇ ਨੇ ਮਸ਼ਹੂਰੀ ਸੀ ਭੂਮੀਆਂ ਚੋਰ ਦੀ ਵੀ ਉਹ ਸੱਚ ਬੋਲਦੇ ਸਨ, ਅਤੇ ਉਹ ਨੇਕੀ ਕਰਦੇ ਸਨ, ਅਤੇ ਉਹ ਨਮਕ ਨਹੀਂ ਹਰਾਮ ਕਰਦੇ ਸਨ। ਸੋ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਭੂਮੀਆਂ ਕਹਿ ਰਿਹਾ ਹੈ ਵੀ ਮੈਂ ਚੋਰੀ ਨਹੀਂ ਛੱਡ ਸਕਦਾ, ਮੈਂ ਕਿਉਂ ਨਾ ਇਹਨੂੰ ਚੋਰੀ ਦੀ ਗੱਲ ਬਾਅਦ ਵਿੱਚ ਕਰਾਂਗੇ, ਇਹਦੀ ਜਿਹੜੀ ਚੰਗਿਆਈ ਹੈ ਵੀ ਨੇਕੀ ਕਰਦਾ ਹੈ, ਇਹ ਸੱਚ ਬੋਲਦਾ ਹੈ, ਇਹ ਕਿਸੇ ਦਾ ਗਲਤ ਨਹੀਂ ਕਰਦਾ, ਨਮਕ ਨਹੀਂ ਹਰਾਮ ਕਰੇਗਾ। ਵੀ ਗੁਰੂ ਨਾਨਕ ਸਾਹਿਬ ਨੇ 3 ਸ਼ਰਤਾਂ ਲਾਈਆਂ, ਹਾਂਜੀ, ਪਰ ਉਹ 3 ਸ਼ਰਤਾਂ ਰਾਹੀਂ ਉਸਨੇ ਭੂਮੀਆਂ ਚੋਰ ਨੇ ਚੋਰੀ ਛੱਡੀ। ਸੋ ਇਹ ਗੁਰੂ ਨਾਨਕ ਸਾਹਿਬ ਦਾ ਮੈਥਡੋਲੋਜੀ ਹੈ। ਤੁਸੀਂ ਅੱਜ ਕਿਹੜੇ MBA ਸਕੂਲ ਵਿੱਚ ਜਾ ਕੇ ਇਹ ਸਿੱਖੋਗੇ ਵੀ ਕਿਸ ਤਰ੍ਹਾਂ, ਹਾਊ ਡੂ ਯੂ ਵਿਨ ਪੀਪਲ ਓਵਰ, ਹੈ ਨਾ। ਸੋ ਉਸੇ ਤਰ੍ਹਾਂ ਜਦੋਂ ਗਏ ਸਨ ਹਰਿਦੁਆਰ,
ਤੇ ਲੋਕੀ ਆਪਣੇ ਪਿੱਤਰਾਂ ਨੂੰ ਪਾਣੀ ਪਾ ਰਹੇ ਸਨ, ਗੁਰੂ ਨਾਨਕ ਸਾਹਿਬ ਨੇ ਉਹਨਾਂ 'ਚ ਪੇੜਾਂ ਥੋੜ੍ਹੀਆਂ ਮਾਰੀਆਂ ਜਾਂ ਕਿਹਾ ਸੀ ਵੀ ਤੁਸੀਂ ਗਲਤ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਪੈਲੀਆਂ ਨੂੰ ਪਾਣੀ ਪਾਉਣਾ ਸ਼ੁਰੂ ਕਰਤਾ ਤੇ ਉਹਨਾਂ ਦਾ ਤਰੀਕਾ ਜਿਹੜਾ ਕਮਿਊਨੀਕੇਸ਼ਨ ਦਾ ਸੀ, ਹੈ ਨਾ, ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ। ਸੋ ਮੈਂ ਕਹਿਣ ਲੱਗੀ ਸਾਂ ਵੀ ਉਸ ਪਿੰਡ ਵਿੱਚ ਜਿਹੜੇ ਲੋਕੀ ਇੰਨੇ ਚੰਗੇ ਨਹੀਂ ਸੀ ਤੇ ਉਹਨਾਂ ਨੂੰ ਕਿਹਾ ਸੀ ਤੁਸੀਂ ਵਸਦੇ ਰਹੋ ਵੀ ਜੇ ਇਹਨਾਂ ਦੇ ਵਿੱਚ ਘਾਟ ਹੈ ਉਹ ਕਿਤੇ ਫੈਲੇ ਨਾ। ਪਰ ਜਿਹੜੇ ਲੋਕ ਚੰਗੇ ਸਨ ਉਹਨਾਂ ਨੂੰ ਕਿਹਾ ਤੁਸੀਂ ਉੱਜੜ ਜਾਓ। ਫਿਰ ਭਾਈ ਮਰਦਾਨਾ ਨੇ ਪੁੱਛਿਆ ਤੁਸੀਂ ਕਿਉਂ ਕਹਿ ਰਹੇ ਇਹਨਾਂ ਨੂੰ ਉੱਜੜ ਜਾਓ, ਇਹ ਤਾਂ ਬਹੁਤ ਚੰਗੇ, ਇਹਨਾਂ ਨੇ ਬਹੁਤ ਸੋਹਣਾ ਵਰਤੇ ਆਪਣੇ ਨਾਮ। ਸੋ ਗੁਰੂ ਸਾਹਿਬ ਨੇ ਸਮਝਾਇਆ ਵੀ ਚੰਗਿਆਈ ਫੈਲਾਉਣੀ ਚਾਹੀਦੀ ਹੈ। ਸੋ ਜੇ ਅੱਜ ਡਾਇਸਪੋਰਾ ਵਿੱਚ ਨੌਰਥ ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਿੱਖ ਹਨ, ਇੱਕ ਚੰਗਿਆਈ ਲੈ ਕੇ ਗਏ ਹਨ ਸਿੱਖਾਂ ਦੀ, ਹੈ ਨਾ, ਅਤੇ ਆਪਾਂ ਕਹਿੰਦੇ ਹਾਂ ਵੀ ਸਿੱਖ, ਕੋਈ ਕਹਿੰਦਾ ਆ ਤੁਸੀਂ ਸਿੱਖ ਹੋ, ਤੁਸੀਂ ਨਹੀਂ ਸਿੱਖ ਹੋ, ਕਿਸ ਤਰ੍ਹਾਂ ਦੇ ਸਿੱਖ ਹੋ। ਇਹ ਸਭ ਤੋਂ ਸੋਹਣੀ ਚੀਜ਼ ਹੈ ਇਸ ਸਕੂਲ ਦੀ, ਸਿੱਖੀ ਦਾ ਇੱਕ ਸਕੂਲ ਜਿਹੜਾ ਹੈ ਜਿਹਦੇ ਵਿੱਚ ਅਸੀਂ ਦਰਜ ਹਾਂ, ਕਿ ਇੱਕ ਸਕੂਲ ਵਿੱਚ ਤੁਸੀਂ ਆਪਣੇ ਸਕੂਲ 'ਚ ਵੇਖ ਲਓ, ਕੋਈ ਟੌਪ ਸਟੂਡੈਂਟ ਹੁੰਦਾ ਸੀ, ਕੋਈ ਟੀਚਰਸ ਪੈਟ ਹੁੰਦਾ ਸੀ, ਕੋਈ ਮੋਨੀਟਰ ਹੁੰਦਾ ਸੀ, ਕੋਈ ਮੇਰੇ ਵਰਗਾ ਸ਼ਤਾਨੀਆਂ ਕਰਨ ਵਾਲਾ ਹੁੰਦਾ ਸੀ, ਪਰ ਸਾਰੇ ਅਸੀਂ ਸਟੂਡੈਂਟਸ ਹਾਂ। ਜਿੰਨਾ ਚਿਰ ਅਸੀਂ ਛੱਡਿਆ ਨਹੀਂ ਸਕੂਲ, ਜਿੰਨਾ ਚਿਰ ਕੱਢਿਆ ਨਹੀਂ ਗਿਆ, ਅਸੀਂ ਸਟੂਡੈਂਟ ਹਾਂ ਡਿਫਰੈਂਟ ਲੈਵਲਸ। ਸੋ ਅਸੀਂ ਸਾਰੇ ਹੱਕਦਾਰ ਹੈ ਕਹਿਣ ਦੇ ਵੀ ਅਸੀਂ ਸਿੱਖ ਹਾਂ। ਮੈਂ ਪਿਛਲੇ ਮਹੀਨਿਆਂ 'ਚ ਹੀ ਕਈ ਵਾਰ ਮੈਂ ਆਪਣੀ ਅੰਮੀ ਨਾਲ ਗੱਲਾਂ ਬਾਤਾਂ ਸ਼ੁਰੂ ਕਰ ਦਿੰਦੀ ਹੁੰਦੀ ਹਾਂ, ਅਤੇ ਕੋਈ ਗੱਲ ਸੀ, ਕੋਈ ਪੰਥਿਕ ਮੁੱਦਾ ਸੀ ਜਿਹਦੇ ਵਿੱਚ ਵਾਦ ਵਿਵਾਦ ਹੋ ਰਿਹਾ ਸੀ, ਕੌਣ ਸਿੱਖ ਹੈ, ਕੌਣ ਨਹੀਂ ਸਿੱਖ, ਕੌਣ ਚੰਗਾ ਸਿੱਖ ਹੈ। ਮੈਂ ਅੰਮੀ ਨੂੰ ਕਿਹਾ ਵੀ ਅੰਮੀ ਸਿੱਖ ਕੌਣ ਹੁੰਦਾ ਹੈ? ਮੇਰੇ ਅੰਮੀ ਬਹੁਤ ਗਿਆਨਵਾਨ ਨੇ ਅਤੇ ਉਹ ਕਹਿੰਦੇ ਜਿਹੜਾ ਆਪਣੇ ਆਪ ਨੂੰ ਸਿੱਖ ਅਖਾਏ ਉਹ ਸਿੱਖ ਹੈ। ਇਹ ਆਪਾਂ ਸੈਂਸਸ ਵਿੱਚ ਕਹਿੰਦੇ ਨਾ ਸੈਲਫ ਆਈਡੈਂਟੀਫਾਈ, ਰਾਈਟ। ਸੋ ਜਿਹੜਾ ਆਪਣੇ ਆਪ ਨੂੰ ਸਿੱਖ ਖਾਏ ਤੇ ਫਿਰ ਉਹ ਤੁਰ ਪਵੇ, ਮੈਂ ਇਹ ਸਟੂਡੈਂਟ ਹਾਂ ਇਸ ਸਕੂਲ ਦਾ, ਤੇ ਫਿਰ ਉਹ ਸਕੂਲ ਦੇ ਅਸੂਲ ਤੁਰ ਪਏ ਨਾ ਉਸ ਪਾਸੇ। ਸੋ ਉਸ ਵੇਲੇ ਉਹ ਇੱਕ ਸਟੂਡੈਂਟ ਹੈ, ਜਿਸ ਤਰ੍ਹਾਂ ਅਸੀਂ ਉਮਰ ਭਰ ਅਸੀਂ ਹੁਣ ਸਟੂਡੈਂਟ ਰਹਿਣਾ ਜੀ, ਅਸੀਂ ਕਿਸੇ ਨੇ ਗੁਰੂ ਨਹੀਂ ਬਣਨਾ, ਅਸੀਂ ਸਟੂਡੈਂਟ ਰਹਾਂਗੇ ਕਿਉਂਕਿ ਅਸੀਂ ਸਟੂਡੈਂਟ ਡਿਫਾਈਨਡ ਹੋਏ ਹੋਏ ਹਾਂ। ਤੇ ਸਟੂਡੈਂਟ ਦੀ ਇਹ ਗੱਲ ਹੁੰਦੀ ਹੈ ਪਰਫਾਰਮੈਂਸ ਤੁਸੀਂ ਆਪਣੀ ਵੇਰੀ ਕਰਕੇ ਵੀ ਠੀਕ ਕਰ ਸਕਦੇ ਹੋ, ਹੈ ਨਾ। ਸੋ ਮਤਲਬ ਅਸੀਂ ਡਿਫਰੈਂਟ ਲੈਵਲਸ ਦੇ। ਸੋ ਪਹਿਲੀ ਗੱਲ ਜੋ ਮੈਨੂੰ ਸਮਝ ਆ ਰਹੀ ਹੈ ਤੁਹਾਡੇ ਤੋਂ, ਤੇ ਇਹ ਕਿ ਪਹਿਲੇ ਤੇ ਅਸੀਂ ਇਹ ਭੁੱਲ ਜਾਈਏ ਕਿ ਅਸੀਂ ਕੌਣ ਵੱਡਾ ਤੇ ਕੌਣ ਛੋਟਾ, ਜਿਹਦੇ 'ਚ ਅਸੀਂ ਅਕਸਰ ਪਏ ਰਹਿੰਦੇ ਹਾਂ, ਯੂ ਨੋ। ਖਾਸ ਤੌਰ 'ਤੇ ਸਾਡੀ ਇਹ ਜਦੋਂ ਕਿ ਬੱਚੇ ਵਿਆਹਣ ਵਾਲੇ ਹੁੰਦੇ ਆ ਨਾ, ਕਿ ਹਾਂਜੀ ਉਹ ਫਲਾਣੇ ਸਾਡੇ ਵਰਗੇ ਨਹੀਂ, ਫਲਾਣੇ ਸਾਡੇ ਵਰਗੇ ਨਹੀਂ, ਪਰ ਤੁਸੀਂ ਜਿਹੜਾ ਇੱਕ ਕਨਸੈਪਟ ਦੇ ਰਹੇ ਹੋ, ਯੂ ਨੋ। ਪਰ ਮਾਂ ਪਿਓ ਆਪਣੀ ਥਾਂ ਠੀਕ ਨੇ ਵੀ ਜਿਹੜਾ ਇੱਕ ਸਟੇਟਸ ਹੁੰਦਾ ਆ, ਕੋਈ ਧਨੀ ਦਾ ਸਟੇਟਸ, ਕੋਈ ਮੇਰੇ ਵਰਗੇ ਗਰੀਬ ਦਾ ਸਟੇਟਸ, ਉਹਦਾ ਮੇਲ ਆਰਥਿਕ ਦੁਨੀਆ ਵਿੱਚ ਬਹੁਤ ਔਖਾ ਬਣਾਉਣਾ ਜੀ। ਸੋ ਇਸ ਕਰਕੇ ਇੱਕ ਬੰਦੇ ਦੀ ਜਿਹੜੀ ਅਧਿਆਤਮਕ ਸੋਚ ਹੁੰਦੀ ਹੈ ਨਾ, ਉਹ ਉਸਨੂੰ ਜੋੜਦੀ ਹੈ ਜੀ, ਬਿਲਕੁਲ। ਜੇ ਇੱਕ ਪਰਿਵਾਰ ਧਨੀ ਹੈ ਅਤੇ ਇੱਕ ਪਰਿਵਾਰ ਵਿੱਚ ਇੰਨੀ ਜ਼ਮੀਨ ਨਹੀਂ ਹੈ, ਉਹਨਾਂ ਦਾ ਮੇਲ ਉਹਨਾਂ ਦੀ ਸਪਿਰਿਚੁਐਲਿਟੀ, ਉਹਨਾਂ ਦੀ ਜੋ ਸਪਿਰਿਚੁਐਲਿਟੀ ਉਹਨਾਂ ਨੂੰ ਜੋੜੇਗੀ। ਆਰਥਿਕ ਤੌਰ 'ਤੇ ਕਦੇ ਨਹੀਂ ਜੋੜ ਸਕਣਗੇ, ਭਾਵੇਂ ਦੋਵੇਂ ਕਰੋੜਪਤੀ ਨਾ ਹੋਣ, ਉਹਨਾਂ ਨੇ ਫਿਰ ਵੀ ਵੇਖਣਾ ਤੇਰਾ 1 ਕਰੋੜ 'ਚ ਘੱਟ ਆ ਮੇਰੇ ਨਾਲੋਂ ਕਿ ਵੱਧ ਹੈ, ਹੈ ਨਾ। ਪਰ ਜਿਹੜੀ ਸਪਿਰਿਚੁਐਲਿਟੀ ਹੁੰਦੀ ਹੈ ਉਹ ਜੋੜਦੀ, ਉਹ ਇੱਕ ਗਲੂ ਹੈ ਸਪਿਰਿਚੁਐਲਿਟੀ, ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਸ਼ੇਅਰ ਕੀਤੀ। ਮਲਕ ਭਾਗੋ ਅਤੇ ਭਾਈ ਲਾਲੋ, ਰਾਈਟ, ਹੈ ਨਾ, ਉਹਨਾਂ ਨੇ ਕਿਸ ਤਰ੍ਹਾਂ ਮਲਕ ਭਾਗੋ ਦੇ ਘਰ ਬਗੈਰ ਸੱਦੇ ਗਏ, ਵਿਖਾਉਣਾ ਸੀ ਨਾ ਜਗਤ ਨੂੰ ਵੀ ਜਿਹੜੇ ਮਲਕ ਭਾਗ ਭਾਈ ਲਾਲੋ, ਹੈ ਨਾ, ਮਲਕ ਭਾਗੋ ਬੁਲਾਉਂਦੇ ਹਟ ਗਏ, ਆਏ ਨਹੀਂ ਗੁਰੂ ਸਾਹਿਬ ਸਾਡੇ ਘਰ, ਹੈ ਨਾ। ਅਤੇ ਸੋ ਇਹ ਜਿਹੜੀ ਸੋਚ ਗੁਰੂ ਨਾਨਕ ਦੀ ਹੈ ਉਸਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਮੈਂ ਕਹਾਂਗੀ ਕਿ ਪਤਾ ਨਹੀਂ ਤੁਸੀਂ ਹੈਗੇ ਸੀ ਕਿ ਨਹੀਂ, ਜਦੋਂ 500 ਸਾਲਾਂ ਹੋਇਆ ਸੀ, ਅਸੀਂ ਛੋਟੇ ਸਾਂ ਅਤੇ ਅਸੀਂ ਸਾਡੇ ਸ਼ਹਿਰ ਵਿੱਚ ਮਨਾਇਆ ਸੀ। ਅੱਛਾ, ਅੱਜ ਦੁਨੀਆ ਵਿੱਚ, ਮੈਂ ਮਲੇਸ਼ੀਆ ਤੋਂ ਇੱਥੇ ਆਈ ਹਾਂ, ਕੱਲ੍ਹ ਪਰਸੋਂ ਕਿਸੇ ਲੋਕਾਂ ਨੇ ਆਉਣਾ ਆ, ਹੈ ਨਾ, ਅਤੇ ਅਸੀਂ ਪੂਰਾ ਮਹੀਨਾ ਮਨਾਉਣਾ ਆ। ਹਾਂਜੀ ਹਾਂਜੀ ਹਾਂਜੀ। ਸੋ ਇਸ ਕਰਕੇ ਜਿਹੜੀ ਅਧਿਆਤਮਕ ਸੈਲੀਬ੍ਰੇਸ਼ਨ ਹੁੰਦੀ ਹੈ, ਉੱਥੇ ਕੇਕ ਬਣਾ ਕੇ ਤਾਂ ਅਸੀਂ ਰੱਖ ਸਕਾਂਗੇ, ਪਰ ਸਭ ਤੋਂ ਬੈਸਟ ਫਲੇਵਰ ਉਹੀ ਹੋਏਗਾ, ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਹਾਂ ਕਿਸੇ ਦਾ ਜਨਮਦਿਨ ਹੋਵੇ, ਆਪਾਂ ਨੂੰ ਫਿਕਰ ਹੋ ਜਾਂਦਾ ਵੀ ਕੱਲ੍ਹ ਨੂੰ ਗੁਆਂਢੀਆਂ ਦਾ ਜਨਮਦਿਨ ਆ, ਵੀ ਰਿਟਰਨ ਗਿਫਟ ਲੈ ਕੇ ਜਾਣਾ। ਰਿਟਰਨ ਗਿਫਟ ਇੰਡੀਅਨ ਵਰਡ ਆ ਤਕਰੀਬਨ, ਕਿਉਂਕਿ UK ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਰਿਟਰਨ ਗਿਫਟ ਇਹ ਹੁੰਦਾ, ਜਿਹੜਾ ਗਿਫਟ ਤੁਹਾਨੂੰ ਮਿਲੇ ਤੁਹਾਨੂੰ ਪਸੰਦ ਨਹੀਂ, ਤੁਸੀਂ ਰਿਟਰਨ ਕਰਨ ਗਏ ਹੋ। ਅੱਛਾ, ਸੋ ਰਿਟਰਨ ਗਿਫਟ ਦਾ ਮਤਲਬ ਕਿਸੇ ਨੇ ਦਿੱਤਾ ਅਤੇ ਵਾਪਸ ਦੇਣਾ। ਹੁਣ ਵੇਖੋ, ਜਿਸ ਸ਼ਖਸੀਅਤ ਦਾ ਜਨਮ ਦਿਨ ਹੈ ਗੁਰਪੁਰਬ, ਉਹਨਾਂ ਨੇ ਸਾਨੂੰ ਕੀ ਦਿੱਤਾ, ਸਾਡਾ ਕੀ ਰਿਟਰਨ ਗਿਫਟ ਗੁਰੂ ਨਾਨਕ ਸਾਹਿਬ ਦਾ ਹੋ ਸਕਦਾ ਹੈ? ਕਿਉਂਕਿ ਰਿਟਰਨ ਗਿਫਟ ਓਨਾ ਹੀ ਹੋਣਾ ਚਾਹੀਦਾ ਜਿੰਨਾ ਕੁ ਮਿਲਿਆ,
ਘੱਟ ਹੋਏਗਾ ਤੇ ਤੁਹਾਡਾ ਨੱਕ ਵੱਢਿਆ ਜਾਏਗਾ, ਸਗੋਂ ਤਾਂ ਆਪਾਂ ਵਿਖਾਵੇ ਨਾਲ ਜ਼ਿਆਦਾ ਦਿੰਦੇ ਹਾਂ ਵੀ ਅਸੀਂ ਦੋ ਸੂਟ ਦਿੱਤੇ ਸੀ ਜਾਂ ਜੋ ਵੀ ਹੈ ਨਾ, ਹਿਸਾਬ ਕਰਕੇ ਦਿੰਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ, ਜਿਹੜੇ ਵੀ ਕਹਿੰਦੇ ਗੁਰੂ ਨਾਨਕ ਸਾਡਾ ਪਿਆਰਾ ਹੈ, ਉਹਨਾਂ ਦੇ ਜਨਮ ਦਿਨ 'ਤੇ ਤੁਸੀਂ ਕੀ ਰਿਟਰਨ ਗਿਫਟ ਲੈ ਕੇ ਜਾ ਰਹੇ ਹੋ? ਇਹ ਤਾਂ ਸੋਚ ਬੜੀ ਭਾਰੀ ਹੈ, ਤਾਂ ਬੜੀ ਮੁਸ਼ਕਿਲ ਹੈ ਕਿਉਂਕਿ ਬਹੁਤ ਜ਼ਿਆਦਾ ਮਿਲਿਆ, ਉਸ ਤੋਂ ਜ਼ਿਆਦਾ ਜਾਂ ਉਹਦਾ ਮੈਚ ਕਰਨਾ ਤਾਂ ਬੜਾ ਮੁਸ਼ਕਿਲ ਹੈ। ਬਟ ਇਹਦੇ ਬਾਰੇ ਜ਼ਰੂਰ ਕੰਟੀਨਿਊ ਰੱਖਦੇ ਹਾਂ, ਤੁਸੀਂ ਕਿਤੇ ਨਾ ਜਾਇਓ, ਸਟੇ ਟਿਊਨਡ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਮਜਿੰਦਰਪਾਲ ਭੈਣ ਜੀ ਨਾਲ, ਐਂਡ ਭੈਣ ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਰਿਟਰਨ ਗਿਫਟ। ਸੋ ਇਹ ਕਾਫੀ ਮੇਰੀ ਸੋਚ ਥੋੜ੍ਹੀ ਐਕਟਿਵ ਹੋ ਗਈ ਇਹਦੇ 'ਚ ਕਿ ਇੰਨਾ ਕੁਛ ਜਿਹੜਾ ਸਾਨੂੰ ਮਿਲਿਆ ਹੈ ਅਤੇ ਅਸੀਂ ਉਸ ਸੋਚ ਨਾਲ ਕਿੱਥੇ ਤੁਹਾਡਾ ਧਿਆਨ ਜਾ ਰਿਹਾ? ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ, ਆਪਾਂ ਸਮਝਦੇ ਹਾਂ ਨਾ ਰਿਟਰਨ ਗਿਫਟ ਮਤਲਬ ਵੀ ਜੋ ਮਿਲਿਆ ਦੇਣਾ ਪੈਂਦਾ ਹੈ, ਕਿਸੇ ਦੇ ਜਨਮਦਿਨ ਆਏ ਜੋ ਮਿਲਿਆ ਸੀ ਤੁਹਾਡੇ ਜਨਮਦਿਨ 'ਤੇ, ਉਹ ਦੇਣਾ ਪੈਂਦਾ ਹੈ, ਇਹ ਲੈਣ ਦੇਣ ਹੈ ਦੁਨੀਆ ਦਾ। ਪਰ ਜਦੋਂ ਅਧਿਆਤਮਿਕ ਤੌਰ 'ਤੇ ਤੁਹਾਡਾ ਜਿਹੜਾ ਪੀਰ ਹੋਵੇ, ਤੁਹਾਡਾ ਪੈਗੰਬਰ ਹੋਵੇ, ਤੁਹਾਡਾ ਗੁਰੂ ਹੋਵੇ, ਉਸ ਦਾ ਜਨਮਦਿਨ ਹੋਵੇ, ਫਿਰ ਤੁਹਾਨੂੰ ਉਹੀ ਪ੍ਰਸ਼ਨ ਪੁੱਛਣੇ ਪੈਂਦੇ ਵੀ ਮੈਨੂੰ ਕੀ ਮਿਲਿਆ ਸੀ ਜਿਹਦੇ ਰਿਟਰਨ ਵਿੱਚ ਮੈਂ ਦੇਣਾ ਹੈ। ਸੋ ਆਪਾਂ ਇੱਕ ਦੂਜੇ ਨੂੰ ਪੁੱਛੇ, ਮੈਂ ਤੁਹਾਨੂੰ ਪੁੱਛਣਾ ਭੈਣ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਤੋਂ ਕੀ ਮਿਲਿਆ? ਬੜਾ ਮੁਸ਼ਕਿਲ ਹੈ, ਮੈਨੂੰ ਲੱਗਦਾ ਸਭ ਕੁਛ ਹੀ ਜੋ ਸਮਝ ਆਉਂਦੀ ਹੈ ਜੋ, ਹਾਂ ਸਭ ਤੋਂ ਜ਼ਿਆਦਾ ਤਾਂ ਸ਼ੇਅਰ ਜਿਹੜਾ ਰਾਈਟ ਨਾਓ ਅਸੀਂ ਕਰ ਰਹੇ ਹਾਂ ਨਾ, ਮੈਨੂੰ ਇਹ ਧਿਆਨ ਰਹਿੰਦਾ ਹੈ ਕਿ ਵੰਡ ਛਕੋ ਔਰ ਵੰਡ ਛਕੋ ਲੰਗਰ ਤੱਕ ਸੀਮਤ ਨਾ ਹੋਏ। ਜੋ ਵੀ ਆਪਣੇ ਕੋਲ ਹੈਗਾ ਹੈ ਨਾ, ਭਾਵੇਂ ਉਹ ਰੱਬ ਦਾ ਦਿੱਤੀ ਹੋਈ ਕੋਈ ਇਨਸਾਈਟ ਹੀ ਹੈ ਅਤੇ ਉਹ ਸ਼ੇਅਰ ਕਰੀਏ। ਮੈਂ ਉਹੀ ਐਕਚੁਅਲੀ ਇਸ ਗੱਲਬਾਤ ਦੇ ਰਾਹੀਂ ਕਰ ਰਹੀ ਹਾਂ, ਜਿਹਦੇ ਕਰਕੇ ਮੈਂ ਵਕੇਸ਼ਨ 'ਤੇ ਆ ਕੇ ਵੀ ਇੱਥੇ ਬੈਠੀ ਰਹਿੰਦੀ ਹਾਂ ਔਰ ਮੇਰੇ ਸਾਰੇ ਪੁੱਛਦੇ ਹਾਂ ਕਿ ਤੁਸੀਂ ਵਕੇਸ਼ਨ 'ਤੇ, ਤੁਸੀਂ ਕੰਮ 'ਤੇ ਜਾ ਰਹੇ ਹੋ, ਤਾਂ ਮੈਨੂੰ ਲੱਗਦਾ ਨਹੀਂ ਕਿ ਮੈਂ ਕੰਮ 'ਤੇ ਹਾਂ, ਕਿਉਂਕਿ ਉਹ ਮੈਨੂੰ ਕੋਨਸੈਪਟ ਜਿਵੇਂ ਅਗਰ ਇੱਕ ਕਹੋ ਚੁਣਨ ਨੂੰ, ਜਿੱਦਾਂ ਤਿੰਨ ਸਿਧਾਂਤ ਨੇ ਸਿੱਖੀ ਦੇ, ਨਾਮ ਜਪਣਾ, ਹਾਂਜੀ ਛਕਣਾ ਅਤੇ ਕਿਰਤ ਕਰਨੀ, ਧਰਮ ਦੀ ਕਿਰਤ ਕਰਨੀ, ਹਾਂਜੀ ਹੈ ਨਾ, ਅਤੇ ਵੰਡ ਕੇ ਛਕਣਾ ਵੀ ਵੇਖੋ ਉਹ ਛੱਕ ਕੇ ਵੰਡਣਾ ਨਹੀਂ ਹੈ, ਹਾਂ ਵੰਡ ਕੇ ਛਕਣਾ ਹੈ ਜੀ। ਇਸ ਕਰਕੇ ਅੱਜ ਸਿੱਖ ਜੇ ਕਸ਼ਮੀਰ ਵਿੱਚ ਕਸ਼ਮੀਰੀਆਂ ਨੂੰ ਮੁਸ਼ਕਲ ਆ ਰਹੀ ਹੈ ਅਤੇ ਸਿੱਖ ਉੱਥੇ ਪਹੁੰਚਿਆ ਹੈ, ਭਾਵੇਂ ਉਹਨਾਂ ਨੂੰ ਵੀ ਮੁਸ਼ਕਲ ਨੇ, ਪੰਜਾਬ ਵਿੱਚ ਸਿੱਖਾਂ ਨੂੰ ਵੀ ਜੋ ਮੁਸ਼ਕਲਾਂ ਨੇ ਸਾਰੇ ਸਮਝਦੇ ਨੇ। ਸੋ ਮੈਨੂੰ ਉਹ ਗੱਲ ਸਮਝ ਆ ਰਹੀ ਹੈ ਤੁਹਾਡੀ ਕਿ ਤੁਸੀਂ ਸੋਚਦੇ ਹੋ ਕਿ ਸਾਡਾ ਕੋਨਸੈਪਟ ਉਹ ਨਹੀਂ ਹੈ ਕਿ ਅਸੀਂ ਪਹਿਲੇ ਰੱਜੇ ਹੋਈਏ ਫਿਰ ਦੇਈਏ, ਅਸੀਂ ਕਹਿੰਦੇ ਹਾਂ ਅਸੀਂ ਦੇਣਾ, ਭਾਵੇਂ ਆਪ ਵੀ ਔਖੇ ਹਾਂ ਪਰ ਔਖੇ, ਦੈਟਸ ਬਿਊਟੀਫੁਲ, ਔਖਾ ਹੈ ਸਮਝਣਾ, ਹਾਂਜੀ ਹਾਂਜੀ, ਕਿਉਂਕਿ ਲੋਕੀ ਕਹਿੰਦੇ ਆ ਜਿਹੜਾ ਬੰਦਾ ਆਪ ਅਧੂਰਾ ਉਹ ਕਿਸ ਤਰ੍ਹਾਂ ਦੇਗਾ। ਹਾਂ ਹਾਂ ਹਾਂ, ਸੋ ਮੈਂ ਕਹਾਂਗੀ ਤੁਸੀਂ ਉਹੀ ਦੇ ਸਕਦੇ ਹੋ ਜੋ ਤੁਹਾਨੂੰ ਮਿਲਿਆ ਦੇਣ ਵਾਸਤੇ, ਤੁਸੀਂ ਆਪ ਨਹੀਂ ਦੇ ਰਹੇ, ਠੀਕ ਹੈ ਹੈ ਨਾ, ਆਪ ਵੀ ਜੋ ਖਾ ਰਹੇ ਹੋ ਪਹਿਲਾਂ ਰਿਜਕ ਪ੍ਰਭੂ ਨੇ ਪਾਇਆ ਹੁੰਦਾ, ਅਕਾਲ ਪੁਰਖ ਨੇ ਪਾਇਆ ਹੈ ਨਾ, ਆਕਾ ਰਿਜਕ ਆ ਗਿਆ ਕਰ ਤਰਿਆ। ਸੋ ਜੋ ਅਸੀਂ ਦੇ ਰਹੇ ਨਾ ਉਹ ਆਪਣਾ ਵੀ ਨਹੀਂ ਦੇ ਰਹੇ, ਹੈ ਨਾ, ਸੋ ਜੇ ਤੁਸੀਂ ਸਾਡੇ, ਹਾਂ ਹੈ ਨਾ, ਸੋ ਜੇ ਅਸੀਂ ਸਮਝ ਜੋ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਤਿੰਨ ਸਿਧਾਂਤ ਆ, ਨਾਮ ਜਪਣਾ, ਵੰਡ ਕੇ ਛਕਣਾ, ਧਰਮ ਦੀ ਕਿਰਤ ਕਰਨੀ, ਨਾ ਕਿ ਸਿਰਫ ਕਿਰਤ ਕਰਨੀ, ਸੋ ਜੇ ਇਸ ਨੂੰ ਆਪਾਂ ਕਹਿ ਲਓ ਸਿੱਖੀ ਹੈ, ਸੋ ਮਤਲਬ ਗੁਰੂ ਨਾਨਕ ਸਾਹਿਬ ਤੋਂ ਸਾਨੂੰ ਸਿੱਖੀ ਮਿਲੀ ਹੈ। ਕਈ ਕਹਿੰਦੇ ਸਿੱਖੀ ਲਫ਼ਜ਼ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਸੀ ਸਿੱਖ ਲਫ਼ਜ਼, ਠੀਕ ਹੈ ਨਾ, ਭਗਤਾਂ ਦੀ ਬਾਣੀ ਵਿੱਚ ਆਉਂਦਾ ਹੈ ਸਿੱਖ ਲਫ਼ਜ਼। ਸੋ ਇਹ ਜਿਹੜਾ ਕੋਨਸੈਪਟ ਹੈ, ਪਰ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ, ਮਾਰਿਆ ਸਿੱਕਾ ਜਗਤ ਵਿੱਚ, ਸਿੱਕਾ ਕੌਣ ਮਾਰਦਾ? ਇੱਕ ਰਾਜਾ, ਤੁਸੀਂ ਤੇ ਮੈਂ ਨਹੀਂ ਇੱਕ ਸਿੱਕਾ ਮਿੰਟ 'ਤੇ ਜਾ ਕੇ ਨਹੀਂ ਬਣਾ ਸਕਦੇ ਵੀ ਸਿੱਕਾ ਬਣਾਉਣਾ ਹੈ ਨਾ, ਇੱਕ ਪਾਤਸ਼ਾਹ, ਇੱਕ ਬਾਦਸ਼ਾਹ ਸਿੱਕਾ ਬਣਾ ਸਕਦਾ ਹੈ। ਸੋ ਮਾਰਿਆ ਸਿੱਕਾ ਜਗਤ ਵਿੱਚ, ਜਗਤ ਵਿੱਚ, ਪੰਜਾਬ ਵਿੱਚ ਨਹੀਂ, ਸਾਡੇ ਘਰ ਵਿੱਚ ਨਹੀਂ, ਸੁਲਤਾਨਪੁਰ ਲੋਧੀ ਨਹੀਂ ਜਾਂ ਨਨਕਾਣਾ ਸਾਹਿਬ ਨਹੀਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਮੀਨਸ ਵੱਖਰਾ। ਜੇ ਤੁਹਾਨੂੰ ਲੱਗਦਾ ਹੈ ਵੀ ਇਹ ਵੱਖਰਾ ਜਿਹਾ ਕਿਉਂ ਹੈ, ਕਿਉਂਕਿ ਐਕਚੁਅਲੀ ਵੱਖਰਾ ਹੈ, ਤੇ ਮੈਂ ਨਹੀਂ ਕਹਿੰਦੀ ਵੀ ਇਹ ਦੂਸਰੇ ਨਾਲੋਂ ਜ਼ਿਆਦਾ ਚੰਗਾ ਹੈ, ਪਰ ਵੱਖਰਾ ਹੈ ਨਾ, ਯੂਨੀਕ ਹੈ। ਚਲਾਇਆ ਨਿਰਮਲ ਪੰਥ, ਪੰਥ ਮਤਲਬ ਰਸਤਾ, ਮਤਲਬ ਕੌਮ, ਇੱਕ ਸਿਰਫ ਪਰੰਪਰਾ ਨਹੀਂ ਹੈ, ਇੱਕ ਸਭਿਅਤਾ ਨਹੀਂ ਹੈ, ਅਸੀਂ ਕਹਿ ਦਿੰਦੇ ਸਿੱਖ ਭਾਈਚਾਰਾ, ਹਾਂਜੀ ਹੈ ਨਾ, ਭਾਈਚਾਰੇ ਵਿੱਚ ਰਹਿੰਦੇ ਹਾਂ, ਪਰ ਇੱਕ ਨਿਰਮਲ ਪੰਥ ਚਲਾਇਆ, ਚਲਾਇਆ ਹੈ ਨਾ। ਸੋ ਮਤਲਬ ਇੱਕ ਬਾਦਸ਼ਾਹੀ ਦੇ ਰੂਪ ਵਿੱਚ, ਮਤਲਬ ਵੀ ਇੱਕ ਕੌਮ ਦੇ ਰੂਪ ਵਿੱਚ, ਸੋ ਆਪਾਂ ਨੂੰ ਸਿੱਖੀ ਮਿਲੀ ਹੈ ਜੀ। ਸੋ ਸਿੱਖੀ ਜੇ ਮਿਲੀ ਹੈ, ਰਿਟਰਨ ਗਿਫਟ ਕੀ ਹੋਏਗਾ? ਸਿੱਖੀ ਮਤਲਬ ਸਿੱਖ ਹਾਂ ਨਾ, ਸੋ ਸਿੱਖ ਇੱਕ ਸਟੂਡੈਂਟ ਹੈ, ਸਭ ਤੋਂ ਚੰਗਾ ਸਟੂਡੈਂਟ ਟੀਚਰ ਦਾ ਪੈਟ ਹੁੰਦਾ ਹੈ, ਕਿਉਂ? ਕਿਉਂਕਿ ਉਹਨੇ ਟੀਚਰ ਦਾ ਸੋ ਸਿਖਾਇਆ, ਉਸਨੇ ਉਸ ਤਰ੍ਹਾਂ ਇਮਤਿਹਾਨ 'ਚ ਦਿੱਤਾ ਅਤੇ ਮਾਰਕਸ ਮਿਲੇ। ਸੋ ਜੇ ਤੁਸੀਂ ਟੀਚਰ ਨੂੰ ਖੁਸ਼ ਕਰਨਾ ਹੋਵੇ, ਜੋ ਟੀਚਰ ਕਹਿੰਦੀ ਕਰੋ ਜੀ,
ਤੇ ਫਿਰ ਜੇ ਗੁਰੂ ਸਾਹਿਬ ਨੂੰ ਖੁਸ਼ ਕਰਨਾ ਹੈ ਜੋ ਗੁਰੂ ਸਾਹਿਬ ਨੇ ਸਿਖਾਇਆ ਸਿੱਖੀ ਦਿੱਤੀ ਹੈ ਉਹ ਤੇ ਚੱਲੋ ਬਿਲਕੁਲ ਸੋ ਮਤਲਬ ਵੀ ਤੁਸੀਂ ਆਪ ਸੋਚਣਾ ਵੀ ਤੁਹਾਨੂੰ ਸਿੱਖੀ ਚੋਂ ਕੀ ਮਿਲਿਆ ਜੇ ਸਿੱਖੀ ਚੋਂ ਪਿਆਰ ਮਿਲਿਆ ਗਿਆਨ ਮਿਲਿਆ ਜੋ ਵੀ ਮਿਲਿਆ ਹਰ ਇੱਕ ਨੂੰ ਵੱਖਰਾ ਮਿਲਿਆ ਹੈ ਨਾ ਸਟੂਡੈਂਟ ਵੀ ਵੱਖਰੇ ਹੁੰਦੇ ਨੇ ਉਹੀ ਕਰਕੇ ਕਰੋ ਮਤਲਬ ਵੀ ਅਸੀਂ ਗੁਰੂ ਦੇ ਸਿੱਖ ਜਾਂ ਗੁਰੂ ਕਰਕੇ ਸਿੱਖਿਆ ਜਾਂ ਗੁਰੂ ਦੀ ਮੰਨਦੇ ਹਾਂ ਕਿ ਗੁਰੂ ਨੂੰ ਮੰਨਦੇ ਹਾਂ ਇਹ ਵੀ ਆ ਜਾਂਦਾ ਹੈ ਅੱਛਾ ਅਸੀਂ ਗੁਰੂ ਨੂੰ ਮੰਨਦੇ ਹਾਂ ਅੱਛਾ ਅਤੇ ਗੁਰੂ ਦੀ ਮੰਨਦੇ ਹਾਂ ਹਾਂਜੀ ਹੈ ਨਾ ਮਤਲਬ ਵੀ ਗੁਰੂ ਦਾ ਜੋ ਕਿਹਾ ਉਹ ਮੰਨਣਾ ਗੁਰੂ ਨੂੰ ਤਾਂ ਮੰਨ ਲਿਆ ਵੀ ਗੁਰੂ ਹਾਂ ਮਿਲਿਆ ਹੈ ਉਹਨੂੰ ਅਸੀਂ ਹੰਡਾਇਆ ਹੈ ਅਸੀਂ ਪਚਿਆ ਹੈ ਹਾਜ਼ਮ ਕੀਤਾ ਹੈ ਉਸ ਦਾ ਜੋ ਫਲ ਹੈ ਉਸ ਤੇ ਥੋੜਾ ਜਿਹਾ ਸੋਚੀਏ ਤੇ ਉਸਨੂੰ ਉਸ ਤੇ ਤੁਰੀਏ ਜੀ ਸੋ ਅਸੀਂ ਆਪਣਾ ਗਿਫਟ ਲੈ ਕੇ ਗਏ ਸੋ ਜਦੋਂ ਤੁਸੀਂ ਮੱਥਾ ਟੇਕਣ ਜਾਣਾ ਹੈ ਗੁਰਪੁਰਬ ਲਈ ਮੱਥਾ ਟੇਕਦੇ ਵੇਲੇ ਤੁਸੀਂ ਆਪਣੇ ਗੁਰੂ ਨਾਲ ਗੱਲ ਕਰਿਓ ਕਿ ਮੇਰਾ ਰਿਟਰਨ ਗਿਫਟ ਹੈ ਕਿ ਮੈਂ ਆਹ ਕਰ ਰਿਹਾ ਹਾਂ ਜੋ ਤੁਸੀਂ ਮੈਨੂੰ ਦਿੱਤਾ ਹੈ ਉਸਦੇ ਹੈ ਨਾ ਸੋ ਸਮਥਿੰਗ ਲਾਈਕ ਦੈਟ ਦੈਟਸ ਵੰਡਰਫੁਲ ਕਿ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਇੱਕ ਆਨਸਰ ਨਹੀਂ ਹੋ ਸਕਦਾ ਕਿਉਂਕਿ ਰੱਬ ਤਾਂ ਗੁਰੂ ਤਾਂ ਸਾਰਾ ਕੁਝ ਬਹੁਤ ਕੁਝ ਦੇ ਰਿਹਾ ਔਰ ਇਹ ਨਹੀਂ ਕਿ ਅਲੱਗ ਅਲੱਗ ਦੇ ਰਿਹਾ ਸਭ ਨੂੰ ਸ਼ਾਇਦ ਸਾਰਾ ਕੁਝ ਦੇ ਰਿਹਾ ਪਰ ਸਾਡੀ ਪਰਸੈਪਸ਼ਨ ਜਾਂ ਜੋ ਵੀ ਹਾਈਲਾਈਟ ਹੋ ਕੇ ਸਾਡੇ ਐਕਸਪੀਰੀਅੰਸ 'ਚ ਆਇਆ ਸੋ ਉਹਨੂੰ ਅਸੀਂ ਕਹਿ ਸਕਦੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਮਿਟ ਕਰ ਸਕਦੇ ਹਾਂ ਇੱਕ ਸੈਲੀਬ੍ਰੇਸ਼ਨ ਦਾ ਬਾਟ ਕੇ ਓਕੇ ਇਹ ਮੈਂ ਹੁਣ ਯੂ ਨੋ ਉਹਨੂੰ ਦਿੰਦੀ ਹਾਂ ਸੋ ਦੈਟਸ ਕਮਿਟਮੈਂਟ ਮੈਂ ਇੱਕ ਆਪਣੀ 29 ਦੱਸਾਂ ਜੀ ਇੱਕ ਭੈਣ ਜੀ ਦਾ ਵਟਸਐਪ ਆਇਆ ਸੀ ਅੱਜ ਕੱਲ੍ਹ ਆਪਾਂ ਗੱਲ ਹੀ ਵਟਸਐਪ ਦੀ ਕਰਦੇ ਹਾਂ ਭੈਣ ਜੀ ਕਹਿੰਦੇ ਸਾਨੂੰ ਨਾ 5 ਕਮਿਟਮੈਂਟ ਚਾਹੀਦੇ ਆ 550,000 ਕਿ ਮੂਲ ਮੰਤਰ ਕਰਨੇ ਨੇ ਇਹ UK ਤੋਂ ਆਇਆ ਕੌਲ ਅਤੇ ਸਾਨੂੰ 5 ਚਾਹੀਦੇ ਨੇ ਕਿਉਂਕਿ 20 ਦਾ ਕਰਨਾ ਸੀ ਅਤੇ ਰੋਜ਼ 550 ਮੂਲ ਮੰਤਰ ਕਰਨੇ ਨੇ 550 ਮੂਲ ਮੰਤਰ ਅਤੇ ਚਾਹ ਐਸੀ ਚੀਜ਼ ਹੈ ਅਸੀਂ ਸਾਰਿਆਂ ਨੇ ਹਾਂ ਕਰਤਾ ਜਿਹਨੂੰ ਮੈਂ ਪਾਇਆ ਮੈਸੇਜ ਮੈਂ ਤੁਹਾਨੂੰ ਪਾਉਂਦੀ ਤੁਸੀਂ ਵੀ ਹਾਂ ਕਰ ਦੇਣੀ ਸੀ ਕਿਉਂਕਿ ਚਾਹ ਹੁੰਦਾ ਪਰ ਚਾਹ ਤੋਂ ਬਾਅਦ ਜਿਹੜਾ ਕਮਿਟਮੈਂਟ ਆ ਉਸਨੂੰ ਪੂਰਾ ਕਰਨਾ ਵੀ ਟਾਈਮ ਕੱਢਿਆ ਆ ਤੁਸੀਂ ਅੰਮ੍ਰਿਤ ਵੇਲੇ ਹੈ ਨਾ ਤੁਸੀਂ ਟਾਈਮ ਕੱਢੋ ਕਿਉਂਕਿ ਆਮ ਟਾਈਮ 'ਤੇ ਟਾਈਮ ਨਹੀਂ ਹੁੰਦਾ ਜੀ ਜੀ ਇਹ ਉਹ ਟਾਈਮ ਹੈ ਜਿਹੜੇ ਕੁਛ ਤੁਹਾਨੂੰ ਛੇੜੇਗਾ ਨਹੀਂ ਸੋ ਜੇ ਅਸੀਂ ਅਰਦਾਸ ਕਰਨ ਲੱਗੇ ਚਾਹ ਵਿੱਚ ਨਾ ਕੁਛ ਕਹਿ ਆਇਓ ਤੁਸੀਂ ਸੋਚਣਾ ਉਸ ਤੋਂ ਪਹਿਲਾਂ ਮੈਂ ਇਸਨੂੰ ਨਿਭਾਉਣਾ ਕਿਸ ਤਰ੍ਹਾਂ ਹੈ ਸੋ ਥਿੰਕ ਅਬਾਊਟ ਇਟ ਕੰਟੈਂਪਲੇਟ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਯੂ ਡੋਂਟ ਗੋ ਐਨੀਵੇਅਰ ਵੈਲਕਮ ਬੈਕ ਸਾਰਿਆਂ ਦਾ ਸਵਾਗਤ ਹੈ ਗੱਲ ਹੋ ਰਹੀ ਹੈ ਮਨਜਿੰਦਰਪਾਲ ਪੈਂਚੀ ਨਾਲ ਐਂਡ ਪੈਂਚੀ ਤੁਸੀਂ ਸੁਲਤਾਨਪੁਰ ਲੋਧੀ ਤੋਂ ਵੀ ਹੁਣੇ ਹੋ ਕੇ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਉੱਥੇ ਮੈਂ ਕਹਾਂ ਮੇਰਾ ਪਲੈਨ ਨਹੀਂ ਸੀ ਉਸ ਦਿਨ ਜਾਣ ਦਾ ਮੈਂ ਅੰਮ੍ਰਿਤਸਰ ਸਾਂ ਅਤੇ ਕੋਈ ਜਾ ਰਿਹਾ ਸੀ ਮੈਂ ਕਿਹਾ ਮੈਨੂੰ ਵੀ ਲੈ ਜਾਓ ਕਿਉਂਕਿ ਸਾਰੇ ਜਾ ਰਹੇ ਸਨ ਹਾਂਜੀ ਅਤੇ ਸਾਰੇ ਜਾ ਰਹੇ ਨੇ ਜੀ ਬਿਲਕੁਲ ਬੱਸਾਂ ਕੋਈ ਜਿਹੜੀ ਤੁਸੀਂ ਚਾਹ ਵਾਲੀ ਗੱਲ ਕੀਤੀ ਨਾ ਵੀ ਚਾਹ 'ਚ ਕਮਿਟ ਇਹੋ ਜਿਹੀ ਸੋਚ ਕੇ ਕਰਕੇ ਆਇਓ ਅੱਜ ਇੰਝ ਲੱਗ ਰਿਹਾ ਜਿਵੇਂ ਇੱਥੇ ਚੰਡੀਗੜ੍ਹ ਵਿੱਚ ਹਰ ਬੰਦਾ ਸੁਲਤਾਨਪੁਰ ਲੋਧੀ ਪਹੁੰਚਣ ਦੀ ਕੋਸ਼ਿਸ਼ 'ਚ ਹੈ ਅੱਛਾ ਛੇਤੀ ਜਾਣ ਬਿਕੋਜ਼ ਫਿਰ ਸੰਗਤ ਆਈ ਹੋਈ ਹੈ ਕਿਉਂਕਿ ਉੱਥੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਨਾ ਸੰਗਤ ਵਿੱਚ ਬਹਿ ਕੇ ਲੰਗਰ ਛਕਣਾ ਸੰਗਤ ਵਿੱਚ ਹਾਂਜੀ ਹੈ ਨਾ ਕੁਰਸੀਆਂ ਮੇਜ਼ ਦੀ ਗੱਲ ਵੱਖਰੀ ਹੈ ਪਰ ਜਦੋਂ ਤੁਸੀਂ ਬਹਿ ਜਾਂਦੇ ਹਾਂ ਨਾ ਕਿਉਂਕਿ ਉਹ ਲੰਗਰ ਪਿਆਰ ਹੁੰਦਾ ਹੈ ਲੰਗਰ ਖਾਣਾ ਨਹੀਂ ਹੈ ਖਾਣਾ ਤਾਂ ਸਾਰਿਆਂ ਨੇ ਖਾ ਲੈਣਾ ਜੀ 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 ਅਤੇ ਮੈਂ ਦਰਬਾਰ ਸਾਹਿਬ ਲਾਗੇ ਰਹਿੰਦੀ ਹਾਂ ਮੈਂ ਰੋਜ਼ ਲੰਗਰ ਛਕਦੀ ਹਾਂ ਮੈਂ ਮਾਣ ਨਾਲ ਕਹਿੰਦੀ ਹਾਂ ਮੇਰੇ ਖਿਆਲ ਤੁਹਾਡੇ ਚੈਨਲ 'ਚ ਹੀ 10 ਸਾਲ ਪਹਿਲਾਂ ਜਦੋਂ ਮੇਰਾ ਇੰਟਰਵਿਊ ਹੋਇਆ ਸੀ ਮੈਨੂੰ ਯਾਦ ਨਹੀਂ ਐਂਕਰ ਕੌਣ ਸੀ ਯਾਦ ਹੈ ਕੌਣ ਸੀ ਉਹਦਾ ਨਾਂ ਨਹੀਂ ਯਾਦ ਉਹਨਾਂ ਨੇ ਪੁੱਛਿਆ ਵੀ ਤੁਸੀਂ ਸੇਵਾ ਕਰ ਰਹੇ ਹੋ ਸੰਸਥਾ ਨਾਲ ਅਤੇ ਉਹਨਾਂ ਨੂੰ ਪਤਾ ਸੀ ਜਾਂ ਮੈਂ ਦੱਸਿਆ ਹੋਏਗਾ ਵੀ ਤੁਸੀਂ ਤਲਬ ਨਹੀਂ ਲੈ ਰਹੇ ਹੋ ਵੀ ਤੁਸੀਂ ਸਾਰਦੇ ਕਿਸ ਤਰ੍ਹਾਂ ਮੈਂ ਕਿਹਾ ਲੰਗਰ ਬਹੁਤ ਸਵਾਦ ਹੁੰਦੇ ਨੇ ਅਤੇ ਦਾਲ ਰੋਟੀ ਸਦਾ ਤਰੀਕਾ ਹੈ ਜੋ ਚੁੱਪ ਜੇ ਕਰ ਗਏ ਪਰ ਸੱਚੀ ਮਿੱਚੀ ਲੰਗਰ ਪਿਆਰ ਦਿੰਦਾ ਹੈ ਵੇਖੋ ਤੁਸੀਂ ਆਪਣੇ ਘਰ ਰੋਟੀ ਪਕਾਉਣੀ ਹੁੰਦੀ ਆਪ ਪਕਾਉਣੀ ਪੈਂਦੀ ਪਹਿਲਾਂ ਸ਼ੋਪਿੰਗ ਕਰਨੀ ਪੈਂਦੀ ਫਿਰ ਭਾਂਡੇ ਧੋਣੇ ਪੈਂਦੇ ਆਪ ਕਰਨਾ ਪੈਂਦਾ ਉਹ ਪਿਆਰ ਨਿਕਲ ਜਾਂਦਾ ਕਿਸੇ ਨੂੰ ਖਵਾਉਣਾ ਕਿਸੇ ਨੂੰ ਦੇਣਾ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਾਧੂਆਂ ਨੂੰ ਦਿੱਤਾ ਜਾਂ ਜੋ ਵੀ ਸਾਖੀ ਆਉਂਦੀ ਹੈ ਕਿਸੇ ਨੂੰ ਕੁਛ ਪਹੁੰਚਾਉਣਾ ਉਹ ਚੀਜ਼ ਹੈ ਲੰਗਰ ਅੱਜ ਕੱਲ੍ਹ ਕਹਿੰਦੇ ਨਾ ਅੱਖਾਂ ਦਾ ਲੰਗਰ ਲੱਗ ਗਿਆ ਹੈ ਮੈਨੂੰ ਅੱਜ ਲੱਡੂ ਦਾ ਲੰਗਰ ਮਿਲਿਆ ਸੀ ਸੋ ਲੰਗਰ ਲਫ਼ਜ਼ ਆਪਾਂ ਇਹਦਾ ਝਿਜਕੀਏ ਨਾ ਵੀ ਲੰਗਰ ਦਾ ਮਤਲਬ ਬਦਲਾ ਰਹੇ ਤੁਸੀਂ ਅੱਖਾਂ ਦੇ ਕੇ ਕਿਸੇ ਨੂੰ ਦਵਾਈ ਕਿਸੇ ਨੂੰ ਪਿਆਰ ਦੇਣਾ ਕਿਉਂਕਿ ਗੁਰੂ ਸਾਹਿਬ ਨਾਲ ਜੁੜੇ ਹਾਂ ਆਪਾਂ ਪਿਆਰ ਨਾਲ ਉਹ ਭੁੱਖੇ ਸਨ ਦਿੱਤਾ ਜੋ ਪਿਓ ਨੇ ਕਿਸੇ ਹੋਰ ਚੀਜ਼ ਵਾਸਤੇ ਘਲਾਇਆ ਸੀ ਸੋ ਲੰਗਰ ਇੱਕ ਪਿਆਰ ਦੀ ਪ੍ਰਤੀਕ ਹੈ ਜਦੋਂ ਤੁਸੀਂ ਲੰਗਰ ਦੀ ਕਤਾਰ 'ਚ ਬਹਿੰਦੇ ਹੋ ਕੋਈ ਤੁਹਾਨੂੰ ਸਰਵ ਕਰ ਰਿਹਾ
ਤੁਸੀਂ ਕਿਸੇ 5 ਸਟਾਰ ਹੋਟਲ ਵਿੱਚ ਉਹ ਨਹੀਂ ਸਰਵਿਸ ਮਿਲਣੀ ਜੇ ਤੁਹਾਨੂੰ ਲੰਗਰ ਵਿੱਚ ਮਿਲੇਗੀ। ਬਿਲਕੁਲ। ਤੇ ਫਿਰ ਤੁਸੀਂ ਛੱਕਦੇ ਹੋ ਤੁਹਾਨੂੰ ਗੁਰੂ ਨਾਨਕ ਯਾਦ ਆਉਂਦੇ ਨੇ, ਹੈ ਨਾ, ਕਿਉਂਕਿ ਇਹ ਪਰੰਪਰਾ ਪਹਿਲਾਂ ਤੋਂ ਵੀ ਹੈ, ਰੋਟੀ ਖਵਾਉਂਦੇ ਆਏ ਹਾਂ, ਦੁਨੀਆ ਖਵਾਉਂਦੀ ਆਈ ਹੈ, ਪਰ ਉਹ ਜੇ ਪਿਆਰ ਨਾਲ ਜੁੜੀ ਗੱਲ ਜਿਹੜੀ ਹੈ ਵੀ ਬਗੈਰ ਪੁੱਛੇ ਦੱਸੇ ਤੁਹਾਡਾ ਹੱਕ ਹੁੰਦਾ, ਅਸੀਂ ਗੁਰਦੁਆਰੇ ਗਏ ਅਸੀਂ ਲੰਗਰ ਛੱਕ ਸਕਦੇ, ਕੋਈ ਨਹੀਂ ਤੁਹਾਨੂੰ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ ਜੇ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ, ਗਲਤ ਹੋ ਰਿਹਾ ਹੈ, ਵੀ ਤੁਸੀਂ ਬਾਰ ਬਾਰ ਆਉਂਦੇ ਹੋ, ਤੁਸੀਂ ਹੋ ਜਾਂਦਾ ਨਾ ਜਿਹੜੇ ਰੀਸੈਂਟ ਮਾਈਗ੍ਰੈਂਟਸ ਜਾਂਦੇ ਨੇ ਵੈਸਟਰਨ ਦੇਸ਼ਾਂ ਵਿੱਚ, ਅਤੇ ਜੇ ਤੁਸੀਂ ਲੋੜਵੰਦ ਨੂੰ ਨਹੀਂ ਲੰਗਰ ਦਿਉਂਗੇ ਤਾਂ ਫਿਰ ਤੁਸੀਂ ਕਿਸ ਨੂੰ ਦੇ ਰਹੇ ਹੋ, ਹੈ ਨਾ। ਸੋ ਆਪਾਂ ਲੰਗਰ ਦੀ ਗੱਲ ਕਰ ਰਹੇ ਸਾਂ ਵੀ ਉਹ ਐਸੀ ਚੀਜ਼ ਹੈ ਵੀ ਉਹਦੇ ਨਾਲ ਚਾਹ ਆਉਂਦਾ। ਇਸ ਕਰਕੇ ਮੈਂ ਜਦੋਂ ਸੁਲਤਾਨਪੁਰ ਲੋਧੀ ਗਈ, ਮੈਂ ਤਾਂ ਲੰਗਰ ਛਕਣਾ ਸੀ, ਅਤੇ ਉਹ ਵੀਰ ਜਿਹੜੇ ਮੇਰੇ ਨਾਲ ਸੀ ਉਹ ਕਹਿੰਦੇ ਨਹੀਂ ਨਹੀਂ ਆਪਾਂ ਅੰਮ੍ਰਿਤਸਰ ਜਾ ਕੇ ਛਕਾਂਗੇ, ਮੈਂ ਕਿਹਾ ਨਹੀਂ ਮੈਂ ਸੁਲਤਾਨਪੁਰ ਲੋਧੀ ਛਕ ਕੇ ਜਾਣਾ। ਸੋ ਉਹ ਚਾਹ ਹੁੰਦਾ, ਸੋ ਤੁਸੀਂ ਜ਼ਰੂਰ ਜਾਇਓ ਅਤੇ ਜਦੋਂ ਵੀ ਤੁਸੀਂ ਆਏ ਇੰਡੀਆ। ਜੀ ਜੀ, ਉਹੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਸਪਿਰਿਟ ਆਫ ਗੁਰੂ ਨਾਨਕ ਵਾਜ਼ ਅਲਾਈਵ ਦੇਅਰ, ਸੋ ਕਹਿੰਦੇ ਨੇ ਨਾ ਉੱਥੇ ਸਾਰੇ ਲੋਕਾਂ ਨੇ ਘਰ ਤੱਕ ਖੋਲ੍ਹਤੇ ਹੈ, ਕੋਈ ਜਿਹੜੇ ਆ ਰਹੇ ਨੇ ਮਤਲਬ ਇੰਨਾ ਪਿਆਰ ਉੱਥੇ ਫੀਲ ਹੋ ਰਿਹਾ, ਏਅਰ ਦੇ ਵਿੱਚ ਫੀਲ ਹੋ ਰਿਹਾ। ਸੋ ਇੱਥੇ ਕਿਸ ਤਰ੍ਹਾਂ ਆਏ ਹੋ ਜਿਵੇਂ ਤੁਸੀਂ ਪਹਿਲੇ ਕਿਹਾ ਹੈ? ਅੱਛਾ, ਸੋ ਮੈਨੂੰ ਬੁਲਾਇਆ ਗਿਆ ਹੈ, ਇੱਕ ਇੰਟਰਨੈਸ਼ਨਲ ਹਿਊਮਨ ਰਾਈਟਸ ਕੌਂਕਲੇਵ ਹੋ ਰਹੀ ਹੈ ਪੰਜਾਬ ਯੂਨੀਵਰਸਿਟੀ ਵਿੱਚ, ਜੋ ਹਿਊਮਨ ਰਾਈਟਸ ਪ੍ਰੋਟੈਕਸ਼ਨ ਗਰੁੱਪ ਨੇ ਔਰਗਨਾਈਜ਼ ਕੀਤੀ ਹੈ, ਅਤੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਐਸ ਬੁਲਾਰਾ, ਅਤੇ ਮੈਂ ਉਦੋਂ ਮਲੇਸ਼ੀਆ ਸਾਂ, ਮੈਂ ਕਿਹਾ ਮੈਨੂੰ ਨਹੀਂ ਪਤਾ ਮੈਂ ਇੱਥੇ ਹੋਵਾਂਗੀ ਕਿ ਨਹੀਂ, ਕਿਉਂਕਿ ਜਦੋਂ ਤੁਸੀਂ ਚੱਕਰਵਰਤੀ ਹੁੰਦੇ ਨਾ ਤੁਹਾਡਾ ਪਲੈਨ ਨਹੀਂ ਹੁੰਦਾ, ਅਤੇ ਮੈਂ ਕਿਹਾ ਜੀ ਮੈਂ ਪੰਜਾਬ ਵਿੱਚ ਹੋਵਾਂਗੀ ਮੈਂ ਆਵਾਂਗੀ, ਪਰ ਤੁਸੀਂ ਕਿਉਂ ਗੁਰਪੁਰਬ ਦੇ ਦਿਨਾਂ ਵਿੱਚ ਰੱਖਿਆ ਆ, ਮੈਂ ਤਾਂ ਗੁਰਪੁਰਬ ਮਨਾਉਣਾ ਆ। ਉਹ ਕਹਿੰਦੇ ਸੀ ਜਾਣ ਕੇ ਰੱਖਿਆ ਆ, ਗੁਰੂ ਨਾਨਕ ਸਾਹਿਬ ਨੂੰ ਮੁੱਖ ਰੱਖ ਕੇ ਅਸੀਂ ਦੂਸਰਾ ਸਾਲ ਹੋ ਗਿਆ ਆ ਕਰਦੇ ਹਾਂ, ਅਤੇ ਮੈਂ ਕਿਹਾ ਫਿਰ ਮੇਰਾ ਟੋਪਿਕ ਗੁਰੂ ਨਾਨਕ 'ਤੇ ਹੀ ਹੋਏਗਾ ਜੀ, ਮੈਂ ਵਕੀਲ ਹੋਵਾਂਗੀ ਪਰ ਮੈਂ ਗੁਰੂ ਨਾਨਕ ਦੇ ਅਨੁਸਾਰ ਬੋਲਾਂਗੀ। ਉਹ ਕਹਿੰਦੇ ਹਾਂ ਪੂਰਾ ਹੱਥ ਹੀ ਹੈ, ਸੋ ਮੈਂ ਇਸ ਤੋਂ ਬਾਅਦ ਜਾਣਾ ਹੈ ਉੱਥੇ ਮੈਂ ਬੋਲਾਂਗੀ। ਅਤੇ ਟੋਪਿਕ ਮੈਂ ਕਿਹਾ ਕੀ ਹੈ, ਕਿਉਂਕਿ ਜੋ ਅਸੀਂ ਕੰਮ ਕਰਦੇ ਹਾਂ ਹਿਊਮਨ ਰਾਈਟਸ ਦਾ, ਕਕਾਰਾਂ ਦਾ, ਹੈ ਨਾ, ਰਿਲੀਜੀਅਸ ਫਰੀਡਮ ਦਾ, ਉਹ ਕਹਿੰਦੇ ਟੋਪਿਕ ਹੈ ਹਿਊਮਨ ਰਾਈਟਸ ਐਂਡ ਗਵਰਨੈਂਸ ਐਂਡ ਗੁੱਡ ਗਵਰਨੈਂਸ। ਮੈਂ ਕਿਹਾ ਗਵਰਨੈਂਸ, ਮੈਂ ਤਾਂ ਗਵਰਨੈਂਸ ਤੋਂ ਜੋ ਲਫ਼ਜ਼ੀ ਲੋਕ ਸਮਝਦੇ ਨੇ ਵੀ ਇਹ ਤਾਂ ਦੁਨੀਆ ਦੇ ਵਿੱਚ ਗਵਰਨੈਂਸ ਹੋ ਨਹੀਂ ਰਹੀ। ਸੋ ਮੈਂ ਸੋਚ ਕੇ ਤਿਆਰੀ ਕੀਤੀ ਹੈ ਟੋਪਿਕ ਦੀ। ਸਾਨੂੰ ਵੀ ਕੁਛ ਜਾਣਨਾ ਪਾਓਗੇ ਕੀ ਹੈਗਾ ਉਹ? ਹਾਂਜੀ ਹਾਂਜੀ, ਕਰਦੇ ਹਾਂ। ਵੇਖੋ ਜਪਜੀ ਸਾਹਿਬ ਵਿੱਚ ਹੀ ਆਉਂਦਾ ਹੈ ਧੌਲ ਧਰਮ ਦਇਆ ਕਾ ਪੂਤ। ਪਹਿਲਾਂ ਆਪਾਂ ਜਾਈਏ ਗਵਰਨੈਂਸ ਕੀ ਹੁੰਦਾ, ਓਕੇ, ਹੈ ਨਾ, ਉਹ ਲਫ਼ਜ਼ ਹੀ ਵੇਖ ਲਈਏ, ਅੰਗਰੇਜ਼ੀ ਲਫ਼ਜ਼ ਹੈ। ਗਵਰਨੈਂਸ ਹੁੰਦਾ ਪ੍ਰਬੰਧ ਕਰਨਾ, ਠੀਕ ਹੈ, ਆਮ ਮੀਨਿੰਗ ਵਿੱਚ, ਹੈ ਨਾ, ਵੀ ਗਵਰਨ ਕਰਨਾ ਕਿਸੇ ਚੀਜ਼ ਨੂੰ, ਹੈ ਨਾ, ਉਸ ਚੀਜ਼ ਨੂੰ ਚਲਾਉਣਾ, ਗਵਰਨ ਕਰਨਾ। ਆਪਾਂ ਹਕੂਮਤ ਨੂੰ ਕਹਿ ਦਿੰਦੇ ਹਾਂ, ਹੈ ਨਾ, ਵੀ ਗਵਰਨਮੈਂਟ, ਹੈ ਨਾ, ਕਹਿ ਦਿੰਦੇ ਹਾਂ। ਪਰ ਗਵਰਨੈਂਸ ਅੱਜ ਕੱਲ੍ਹ ਦਾ ਜਿਹੜਾ ਵਰਡ ਹੈ ਉਹ ਇਹ ਹੈ, ਅੱਜ ਕੱਲ੍ਹ ਨਹੀਂ, ਵਾਵਾ ਚਿਰ ਦਾ, ਵੀ ਇਸ ਦਾ ਤੁਸੀਂ ਕਿਸ ਤਰ੍ਹਾਂ ਚਲਾ ਰਹੇ ਹੋ ਇਸ ਨੂੰ, ਵਟ ਇਜ਼ ਗੁੱਡ ਗਵਰਨੈਂਸ, ਇਹ ਚੰਗਾ ਤਰੀਕਾ ਕੀ ਹੈ ਇਸ ਦੇਸ਼ ਨੂੰ ਚਲਾਉਣ ਦਾ, ਇਸ ਫੈਕਟਰੀ ਨੂੰ ਚਲਾਉਣ ਦਾ, ਇਸ ਸੰਸਥਾ ਨੂੰ ਚਲਾਉਣ ਦਾ, ਘਰ ਨੂੰ ਚਲਾਉਣ ਦਾ, ਗਵਰਨੈਂਸ, ਹੈ ਨਾ, ਉਹ ਲਫ਼ਜ਼ ਆਉਂਦਾ ਹੈ। ਅਤੇ ਜਿੱਥੇ ਗੁੱਡ ਗਵਰਨੈਂਸ ਹੋਵੇ, ਮਤਲਬ ਵੀ ਤਰੀਕਾ, ਇੱਕ ਚੀਜ਼ ਦਾ ਤਰੀਕਾ, ਹੈ ਨਾ ਜੀ। ਸੋ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਪੌੜੀ ਵਿੱਚ ਕਿਹਾ ਹੈ ਵੀ ਧੌਲ ਧਰਮ ਦਇਆ ਕਾ ਪੂਤ, ਕਿਉਂਕਿ ਉਸ ਜ਼ਮਾਨੇ ਵਿੱਚ ਅਤੇ ਅੱਜ ਵੀ ਹੁੰਦਾ ਹੋਏਗਾ, ਮੰਨਿਆ ਜਾਂਦਾ ਹੈ ਵੀ ਇੱਕ ਧੌਲਾ ਬਲਦ ਹੈ ਜਿਸ ਦੇ ਸਿੰਘਾਂ ਦੇ ਉੱਪਰ ਦੁਨੀਆ ਕਿ ਜਗਤ ਟਿਕਿਆ ਹੋਇਆ ਹੈ। ਹਾਂਜੀ, ਮਤਲਬ ਸਪੋਰਟ ਪੂਰੇ ਬਲਦ ਦਾ ਹੈ ਜੀ। ਅਤੇ ਉਸ ਨੂੰ, ਉਸ ਮਿਥਿਆਸ ਨੂੰ ਜੋੜ ਕੇ ਇਸ ਨਾਲ ਨਹੀਂ ਦੱਸ ਕੇ, ਕਿਉਂਕਿ ਜੇ ਮੈਂ ਤੁਹਾਡੇ ਨਾਲ ਗੱਲ ਕਰਨੀ, ਮੈਂ ਐਗਜ਼ੈਕਟਲੀ ਜੋ ਮੈਨੂੰ ਪਹਿਲੇ ਪਤਾ ਹੈ ਉਹਦੇ ਨਾਲ ਐਗਜ਼ਾਮਪਲ ਦੋਗੇ ਨਾ। ਸੋ ਗੁਰੂ ਸਾਹਿਬ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਹੁਣ ਮੈਨੂੰ ਪਤਾ ਬਹੁਤ ਸਾਰੇ ਵੀਰ ਭੈਣਾਂ ਦੇ ਆਪੋ ਆਪਣੇ ਟੀਕਾਚਾਰ ਅਨੁਸਾਰ ਮਤਲਬ ਆਉਂਦੇ ਹੋਣਗੇ ਦਇਆ ਕਾ ਪੂਤ, ਕਿਉਂਕਿ ਮੈਂ ਸਟੂਡੈਂਟ ਹਾਂ, ਮੇਰੀ ਜੋ ਸਮਝ ਹੈ ਵੀ ਧਰਮ ਕਿੱਥੋਂ ਨਿਕਲਿਆ ਹੈ। ਧਰਮ ਦਾ ਮਤਲਬ ਹੈ ਤਰੀਕਾ, ਹੈ ਨਾ, ਮਰਿਆਦਾ ਵਿੱਚ ਹੋਣਾ, ਧਰਮ ਦਾ ਮਤਲਬ ਉਹ ਹੈ। ਸੋ ਜੇ ਧਰਮ ਇੱਕ ਮਰਿਆਦਾ ਹੈ ਵੀ ਕਿਸ ਤਰ੍ਹਾਂ ਜੀਣਾ ਹੈ ਜੀ, ਤਰੀਕਾ ਹੈ, ਧਰਮ ਇੱਕ ਸੋਟੀ ਹੈ ਜਿਸ ਨਾਲ ਤੁਸੀਂ ਲੈ ਕੇ ਤੁਰਨਾ ਹੈ, ਕਿਸੇ ਪਾਸੇ ਜਾਣਾ ਹੈ। ਧਰਮ ਤੁਹਾਡਾ ਮੰਜ਼ਿਲ ਨਹੀਂ ਹੈ, ਤੁਹਾਡਾ ਰਸਤਾ ਹੈ, ਹੈ ਨਾ। ਸੋ ਇੱਕ ਗਵਰਨੈਂਸ ਹੈ, ਰਾਈਟ। ਸੋ ਧਰਮ ਨੂੰ ਗੁਰੂ ਸਾਹਿਬ ਨੇ ਕਿਹਾ ਉਹ ਧੌਲੇ ਬਲਦ ਦੇ ਸਿਰ ਤੇ ਉੱਪਰ ਨਹੀਂ ਦੁਨੀਆਂ ਚੱਲੀ ਹੋਈ, ਧਰਮ ਦੇ ਸਿਰ ਤੇ ਹੋਈ ਹੈ। ਪਰ ਧਰਮ ਕਾਹਦਾ, ਧਰਮ ਦਾ ਜਨਮ ਕਿੱਥੋਂ ਹੋਇਆ? ਗੁਰੂ ਸਾਹਿਬ ਕਹਿੰਦੇ ਦਇਆ ਤੋਂ। ਸੋ ਆਪਾਂ ਉਹਦੀ ਕਾਨਫਰੰਸ ਵਿੱਚ ਉਹ ਗੱਲ ਕਰਨੀ ਹੈ
ਵੀ ਹੁਣ ਬਹੁਤ ਸਾਰੇ ਸਰੋਤੇ ਦਰਸ਼ਕ ਸੁਣ ਕੇ ਕਹਿਣਗੇ ਨਹੀਂ 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 ਉਹ ਤਾਂ ਇਸ ਤਰ੍ਹਾਂ ਹੈ ਇਸ ਤਰ੍ਹਾਂ ਹੈ, ਮੈਂ ਕਹਿੰਦੀ ਮੈਂ ਕਹਿ ਰਹੀ ਹਾਂ ਮੇਰੀ ਸਮਝ ਵਿੱਚ, ਮੈਂ ਸਮਝ ਮੇਰੀ ਬਦਲੇਗੀ ਜਿਸ ਤਰ੍ਹਾਂ ਮੈਂ ਸਿੱਖਾਂਗੀ, ਹੈ ਨਾ, ਵੀ ਗੁਰੂ ਸਾਹਿਬ ਨੇ ਦਇਆ ਜਿਹੜਾ ਗੁਣ ਹੈ ਉਸ ਨੂੰ ਮੁੱਖ ਰੱਖ ਕੇ ਉਹ ਜਿਹੜੀ ਤੁੱਕ ਲਿਖੀ ਹੈ ਮੇਰੀ ਸੋਚ ਵਿੱਚ ਕਰਨ, ਉਹ ਅਸੀਂ ਉਹਦੇ ਬਾਰੇ ਗੱਲ ਕਰਨੀ ਹੈ। ਸੋ ਉਹੀ ਭੈਣ ਜੀ ਦਾ ਕਹਿਣਾ, ਜਿਸ ਤਰ੍ਹਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਸਾਡੀ ਸਮਝ ਇਸ ਘੜੀ ਹੈ, ਕੱਲ੍ਹ ਕੀ ਹੋਏਗਾ ਉਹ ਫਿਰ ਸ਼ੇਅਰ ਕਰਾਂਗੇ, ਪਰ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਹਾਜ਼ਰ ਹੁੰਦੇ ਹਾਂ। ਸਾਰਿਆਂ ਦਾ ਫਿਰ ਸਵਾਗਤ ਹੈ। ਹੋਰ ਸਮਾਂ ਨਾ ਜ਼ਾਇਆ ਕਰਦੇ ਹੋਏ, ਬਹੁਤ ਸਾਰੀਆਂ ਗੱਲਾਂ ਹੈ ਪਰ ਸਮਾਂ ਬੜਾ ਘੱਟ ਹੈ। ਸੋ ਹਾਂਜੀ, ਤੁਸੀਂ ਕਹਿ ਰਹੇ ਸੀਗੇ ਕਿ ਦਇਆ ਦੇ ਆਧਾਰ 'ਤੇ ਸਾਨੂੰ ਇਹ ਧਰਮ ਦੀ ਜਿਹੜੀ ਟੇਕ ਹੈ ਉਹ ਦਇਆ ਹੈ। ਹਾਂਜੀ, ਸੋ ਦਇਆ ਜਿਹਨਾਂ ਨੂੰ ਸਮਝ ਨਹੀਂ ਹੈ ਵੀ ਜਾਂ ਵੱਖਰੀ ਸਮਝ ਹੋਏਗੀ, ਦਇਆ ਹੁੰਦਾ ਕੰਪੈਸ਼ਨ, ਮਤਲਬ ਕਿਸੇ ਦੇ ਤਰਸ, ਅਸੀਂ ਕਹਿ ਦਿੰਦੇ ਨਾ ਰੱਬ 'ਤੇ, ਰੱਬ ਨੂੰ ਤਰਸ ਆ ਗਿਆ ਮੇਰੇ 'ਤੇ ਅਤੇ ਸੇਵਾ ਮਿਲੀ, ਹੈ ਨਾ, ਉਸ ਨੂੰ ਆਪਾਂ ਦਇਆ ਕਹਿੰਦੇ ਹਾਂ। ਠੀਕ ਹੈ, ਕੋਈ ਨੀਵਾਂ ਵੇਖ ਕੇ ਕਿਸੇ ਨੂੰ ਨਹੀਂ ਕਹਿੰਦੇ ਵੀ ਅੱਛਾ ਉਸ 'ਤੇ ਦਇਆ ਵਰਤੀ, ਸਿਰਫ ਵਾਹਿਗੁਰੂ ਦਇਆ ਕਰ ਦੇ ਸਕਦਾ ਹੈ, ਜਿਹਨੂੰ ਆਪਾਂ ਗੁਰਪ੍ਰਸਾਦ ਵੀ ਕਹਿ ਦਿੰਦੇ, ਕਿਰਪਾ ਵੀ ਕਹਿ ਦਿੰਦੇ, ਦਇਆ ਗ੍ਰੇਸ, ਹਾਂਜੀ, ਉਹ ਕਿੱਥੋਂ ਆਉਂਦੀ ਹੈ? ਉਹ ਪਿਆਰ ਤੋਂ ਆਉਂਦੀ ਹੈ। ਦਇਆ ਕਦੀ ਵੀ ਕਿਤੇ ਆਰਥਿਕ ਤਾਂ ਤੋਂ ਨਹੀਂ ਆ ਸਕਦੀ, ਕਿਉਂਕਿ ਦਿਆਲੂ ਜਿਹੜਾ ਬੰਦਾ ਉਹਨੇ ਦੇਣਾ ਹੈ, ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਪਹਿਲਾਂ ਦੇ ਕੇ ਫਿਰ ਲੈਣਾ ਹੈ, ਵੇਖ ਕੇ ਆਪਾਂ ਖਾਣਾ ਹੈ ਨਾ, ਵੰਡ ਕੇ ਛਕਣਾ ਹੈ। ਸੋ ਦਇਆ ਪਿਆਰ ਤੋਂ ਆਉਂਦੀ ਹੈ। ਸੋ ਆਪਣਾ ਪੂਰਾ ਪ੍ਰੋਗਰਾਮ ਚਲਾ ਸਕਦੇ ਹਾਂ ਇਸਦੇ ਉੱਪਰ, ਵੀ ਇੱਕ ਓਅੰਕਾਰ ਤੋਂ ਦਇਆ ਸ਼ੁਰੂ ਹੁੰਦੀ ਹੈ, ਵੀ ਜਿੱਥੇ ਤੁਸੀਂ ਹਰ ਇੱਕ ਚੀਜ਼ ਨੂੰ ਇੱਕ ਵਿੱਚ ਵੇਖਣਾ ਅਤੇ ਇੱਕ ਨੂੰ ਹਰ ਇੱਕ ਚੀਜ਼ ਵਿੱਚ ਵੇਖਣਾ, ਭਾਵੇਂ ਉਹ ਮੇਜ਼ ਕੁਰਸੀ ਨਾ ਕਿਉਂ ਨਾ ਹੋਵੇ, ਹੈ ਨਾ, ਸੋ ਆਪਾਂ ਕਹਿ ਦਿੰਦੇ ਨਾ ਕੰਸਰਵੇਸ਼ਨ ਐਂਡ ਆਲ ਦੈਟ, ਜੀ ਯੂ ਨੋ। ਸੋ ਜੇ ਇੱਕ ਵੇਖੋਗੇ ਅਤੇ ਜੇ ਮੈਂ ਤੁਹਾਡੇ ਵਿੱਚ ਇੱਕ ਵੇਖਿਆ, ਫਿਰ ਹੀ ਮੇਰੇ ਵਿੱਚ ਦਇਆ ਹੋਏਗੀ, ਨਹੀਂ ਤਾਂ ਮੈਂ ਤੁਹਾਨੂੰ ਵੱਖਰਾ ਵੇਖਣਾ ਵੀ ਇਹ ਮੇਰੀ ਭੈਣ ਹੈ ਕਿ ਨਹੀਂ, ਮੈਨੂੰ ਇਹਦੇ ਵਾਸਤੇ ਕੀ ਕਰਾਂ ਜਾਂ ਨਾ, ਸੈਪਰੇਸ਼ਨ ਜਿਹੜੀ ਹੈ ਉਹ ਮੈਲਟ ਡਾਊਨ ਹੋ ਜਾਂਦੀ ਜਦੋਂ ਅਸੀਂ ਇਸ, ਬਿਲਕੁਲ, ਜਿਸ ਤਰ੍ਹਾਂ ਭਗਤ ਕਬੀਰ ਨੇ ਕਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਵੀ ਕਹਿ ਕੇ ਕਰਦੇ ਕਰਦੇ ਮੈਂ ਤੂੰ ਬਣ ਗਿਆ, ਹਾਂਜੀ, ਅਤੇ ਜਦੋਂ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸੋ ਗੁਰੂ ਭਗਤ ਕਬੀਰ ਨੇ ਕਿਹਾ ਵੀ ਜਦੋਂ ਮੈਂ ਇਹ ਆਪਾ ਅਤੇ ਪਰਕਾ, ਮਤਲਬ ਜਦੋਂ ਇੱਕ ਵੇਖਿਆ, ਰਾਈਟ, ਸੋ ਇੱਕ ਵਿੱਚੋਂ ਦਇਆ ਆਉਂਦੀ ਹੈ, ਕਿਉਂਕਿ ਇੱਕ ਬਗੈਰ ਦਇਆ ਨਹੀਂ ਦੇ ਸਕਦੇ। ਜਦੋਂ ਤੁਸੀਂ ਆਪਣੇ ਬੇਟੇ ਨੂੰ ਆਪਣਾ ਸਮਝਦੇ ਹੋ, ਇੱਕ ਸਮਝਦੇ ਹੋ, ਤੁਸੀਂ ਉਹਨੂੰ ਕੁਛ ਵੀ ਦਿੰਦੇ ਹੋ, ਗੁਆਂਢੀਆਂ ਦੇ ਬੇਟੇ ਨੂੰ ਤੁਸੀਂ ਆਈਸਕ੍ਰੀਮ ਲੈ ਕੇ ਨਹੀਂ ਦਿੰਦੇ ਜਿਸ ਤਰ੍ਹਾਂ ਆਪਣੇ ਬੇਟੇ ਨੂੰ ਲੈ ਕੇ ਦਿੰਦੇ ਹੋ, ਦਿੰਦੇ ਹੋਵੋਗੇ ਪਰ ਸਾਰੇ ਨਹੀਂ ਦਿੰਦੇ ਹੋਣਗੇ, ਕਿਉਂ? ਕਿਉਂਕਿ ਉਹਦੇ ਵਿੱਚ ਇੱਕ ਨਹੀਂ ਅਜੇ ਵੇਖਿਆ। ਸੋ ਉਹ ਦਇਆ ਜਿਹੜੀ ਹੈ, ਮੈਂ ਭਾਵੇਂ ਆਈਸਕ੍ਰੀਮ ਦੇ ਉਦਾਹਰਣ ਦਿੱਤਾ ਪਰ ਦਇਆ ਬਹੁਤ ਲੈਵਲ 'ਤੇ ਆਉਂਦੀ ਹੈ। ਬਿਲਕੁਲ, ਜਿੰਨਾ ਚਿਰ ਦਇਆ ਨਹੀਂ ਹੈ, ਤੁਸੀਂ ਆਪਣਾ ਜਿਹੜਾ ਧਰਮ ਹੈ ਚਲਾ ਰਹੇ ਹੋ, ਉਹ ਸਫਲ ਨਹੀਂ ਹੋਏਗਾ। ਧਰਮ ਮਤਲਬ ਸਮਾਲ ਧੰਦਾ, ਉੱਪਰਲੇ ਲੈਵਲ 'ਤੇ ਹੀ ਰਹਿ ਜਾਏ, ਮਤਲਬ ਵੀ ਧਰਮ ਦੇ ਬਹੁਤ ਅਰਥ ਹੈ ਨਾ, ਰਿਲੀਜਨ ਲੋਕ ਲਫਜ਼ ਵਰਤ ਲੈਂਦੇ ਹੈ, ਪਰ ਆਪਣੇ ਜਿਹੜੇ ਸਾਊਥ ਏਸ਼ੀਆ ਵਿੱਚ ਜਿਹੜੇ ਧਰਮ ਨੇ, ਆਪਾਂ ਧਰਮ ਲਫਜ਼ ਵਰਤਦੇ ਹਾਂ ਪਰ ਰਿਲੀਜਨ ਵਰਤ ਨਹੀਂ, ਲਫਜ਼ ਨਹੀਂ ਵਰਤਦੇ, ਕਿਉਂਕਿ ਫਿਰ ਉਹਨਾਂ ਦੀ ਡੈਫੀਨੇਸ਼ਨ ਥੋੜ੍ਹੀ ਜਿਹੀ ਉੱਧਰਲੇ ਪਾਸੇ ਆਪਾਂ ਤੁਰ ਪੈਂਦੇ ਹਾਂ। ਸੋ ਆਪਾਂ ਜਿਹੜੇ ਅੱਜ ਮੈਂ ਬੁਲਾਰੇ ਵਜੋਂ ਬੋਲਣਾ ਹੈ, ਇਹੀ ਕਹਿ ਕੇ ਵੀ ਦੁਨੀਆਂ ਵਿੱਚ ਅੱਜ ਸਾਰੇ ਕਹਿ ਰਹੇ ਨਾ ਵੀ ਤੜਫ ਹੋ ਰਹੀ ਹੈ। ਮੇਰੀ ਅੰਮੀ ਨੇ ਇੱਕ ਗੀਤ ਲਿਖਿਆ ਸੀ, ਜੀ ਨਾਨਕ ਪਿਆਰੇ ਦਰਸ਼ਨ ਦੇ ਜਾ ਇੱਕ ਵਾਰ, ਉਹ 500 ਸਾਲਾਂ ਸੀ ਜਦੋਂ ਉਦੋਂ ਲਿਖਿਆ ਸੀ, ਹੁਣ 50 ਸਾਲ ਬਾਅਦ ਅਸੀਂ ਸ਼ਾਇਦ ਵਰਸ ਸਿਚੁਏਸ਼ਨ ਵਿੱਚ ਹਾਂ, ਹੈ ਨਾ, ਮਤਲਬ ਵੀ ਕਿਉਂ? ਸੋ ਅੱਜ ਦੇ ਟੌਪਿਕ ਵਿੱਚ ਜੇ ਹੈ ਗੁੱਡ ਗਵਰਨੈਂਸ, ਆਮ ਤੌਰ 'ਤੇ ਅਸੀਂ ਗਵਰਨੈਂਸ ਗੌਰਮੈਂਟ ਵਾਲੀ ਵੇਖਦੇ ਹਾਂ, ਹੈ ਨਾ, ਆਪਣੇ ਕਾਰੋਬਾਰ ਤਾਂ ਆਪਾਂ ਚਲਾ ਲੈਂਦੇ ਹਾਂ, ਹੈ ਨਾ, ਗੌਰਮੈਂਟ ਦੀ ਗੁੱਡ ਗਵਰਨੈਂਸ ਕੀ ਹੋਣੀ ਚਾਹੀਦੀ ਆ? ਕਰਤਾਰਪੁਰ ਕੋਰੀਡੋਰ ਵੱਲ ਵੇਖੋ, ਵੇਖੋ, ਸੱਚ ਦੀ ਗੱਲ ਹੈ, ਅਸੀਂ ਹੁਣ ਇੱਕ ਐਸੇ ਹਾਲਾਤ ਵਿੱਚ ਬੈਠੇ ਹਾਂ ਵੀ ਜੇ ਉਹ ਚਮਤਕਾਰ ਨਹੀਂ ਸੀ ਤਾਂ ਉਹ ਕੀ ਸੀ? ਮੈਂ ਕਹਾਂਗੀ ਉਹ ਚਮਤਕਾਰ ਨਹੀਂ ਸੀ, ਉਹ ਸੀ ਪਿਆਰ, ਦਇਆ, ਹੈ ਨਾ, ਕਿਉਂਕਿ ਜੇ ਦੋ ਦੇਸ਼ ਇੱਕ ਦੂਜੇ ਦੀ ਸੁਣਨੀ ਨਹੀਂ ਚਾਹੁੰਦੇ, ਤਕਰੀਬਨ ਜੰਗ ਵੱਲ ਤੁਰਦੇ ਨੇ, ਉਸ ਹਾਲਾਤ ਵਿੱਚ, ਹੈ ਨਾ, ਇੱਕ ਸ਼ਤਾਬਦੀ ਆਈ ਸਿੱਖਾਂ ਦੀ ਜਿਹਨਾਂ ਦਾ ਗੁਰੂ ਨਾਨਕ ਸਾਂਝਾ ਹੈ, ਅਤੇ ਉਹਨਾਂ ਦੇ ਮਨ ਵਿੱਚ ਕੀ ਸੀ? ਉਹ ਦਇਆ ਸੀ ਵੀ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਨੇ ਇਹ ਨਹੀਂ ਵੇਖਿਆ ਵੀ ਨਹੀਂ ਪਤਾ ਨਹੀਂ ਉਸ ਲਾਂਘੇ ਰਾਹੀਂ ਕੌਣ ਆ ਜਾਏਗਾ, ਨਾ ਹੀ ਨਰਿੰਦਰ ਮੋਦੀ ਨੇ ਵੇਖਿਆ ਵੀ ਪਤਾ ਨਹੀਂ ਕੌਣ ਜਾਏਗਾ, ਉਹਨਾਂ ਨੇ ਵੇਖਿਆ ਉਹਨਾਂ ਦੇ ਵਿੱਚ ਕੀ ਆਇਆ? ਪਿਆਰ ਆਇਆ, ਦਇਆ ਆਈ, ਭਾਵੇਂ ਉਹ ਮੰਨਣ ਨਾ ਮੰਨਣ, ਜੀ ਬਿਲਕੁਲ, ਹੈ ਨਾ, ਕਿੰਨੇ ਕੁ ਚਿਰ ਇਹ ਦਇਆ ਰਹੇਗੀ ਉਹ ਵੀ ਨਹੀਂ ਸਾਨੂੰ ਪਤਾ, ਉਹਨਾਂ ਨੂੰ ਪਤਾ ਹੈ, ਪਰ ਉਸ ਦਇਆ ਨੇ, ਕਿਉਂਕਿ ਜੋ ਹੋਇਆ 9 ਮਹੀਨਿਆਂ ਵਿੱਚ ਇੱਕ ਪੂਰਾ ਕੰਪਲੈਕਸ ਬਣਾਇਆ, ਤੁਸੀਂ ਦੇਖਿਆ ਨਾ ਫੋਟੋਆਂ ਵਿੱਚ, ਅਤੇ ਇੱਧਰ ਅਸੀਂ ਸੋਚ ਰਹੇ ਸਾਂ ਵੀ
ਸ਼ਾਇਦ ਇੰਡੀਆ, ਕਿਉਂਕਿ ਇੰਡੀਆ ਦੇ ਰਹਿਣ ਵਾਲੇ ਲੋਕ ਤੇ ਓਸੀਆਈ ਕਾਰਡ ਹੋਲਡਰਸ ਜਾ ਰਹੇ ਨੇ ਜੀ ਬਿਲਕੁਲ, ਤੇ ਪੀ ਇੰਡੀਆ ਨੂੰ ਜ਼ਿਆਦਾ ਫਿਕਰ ਹੋਣਾ ਸੀ ਵੀ ਅਸੀਂ ਜਾਣ ਦੇਈਏ, ਸਾਡੇ ਲੋਕਾਂ ਨੂੰ ਜਾਣ ਦੇਈਏ, ਹੈ ਨਾ, ਪਰ ਉਹਨਾਂ ਨੇ ਫਿਕਰ ਨਹੀਂ ਵੇਖਿਆ ਕਿਉਂਕਿ ਉਹਨਾਂ ਦੇ ਵਿੱਚ ਦਇਆ ਆਈ। ਸੋ ਉਸ ਦਇਆ ਵਿੱਚ ਉਹਨਾਂ ਦੇ ਗਵਰਨੈਂਸ ਵਿੱਚ ਉਹਨਾਂ ਨੇ ਇਹ ਸਾਰਾ ਉਪਰਾਲਾ ਹੱਲ ਕੀਤਾ। ਉਸੇ ਤਰ੍ਹਾਂ ਜੋ ਲਿਟਰਲੀ ਦਰਵਾਜ਼ੇ ਖੁੱਲ ਗਏ ਨਾ ਪਿਆਰ ਨਾਲ, ਜਦੋਂ ਅਸੀਂ ਕਹਿੰਦੇ ਆ ਵੀ ਪਿਆਰ ਦੇ ਨਾਲ ਸਾਰੇ ਰਸਤਾ ਖੁੱਲ ਜਾਂਦੇ, ਰਸਤਾ ਹੀ ਹੈ ਨਾ ਬਿਲਕੁਲ ਲਾਂਗਾ। ਹਾਂ, ਸੋ ਮਤਲਬ ਜਿੱਥੇ ਦਇਆ ਹੈ ਨਾ ਉੱਥੇ ਗਵਰਨੈਂਸ ਸਕਸੈਸਫੁਲ ਹੈ। ਅੱਜ ਦੇ ਦਿਨ ਨਹੀਂ, ਜਦੋਂ 9 ਤਰੀਕ ਖੁੱਲ੍ਹੀ ਸੀ, ਲਾਂਘਾ ਖੁੱਲ੍ਹਿਆ ਸੀ, 30 ਸਾਲ ਪਹਿਲਾਂ ਬਰਲਿਨ ਵਾਲ ਜਰਮਨੀ ਵਿੱਚ ਉੱਡ ਗਿਆ ਸੀ, ਹੈ ਨਾ। ਸੋ ਮਤਲਬ ਕਹਿਣ ਦਾ ਵੀ ਦਇਆ, ਜਿੰਨਾ ਚਿਰ ਇਨਸਾਨ ਦਇਆ ਵਿੱਚ ਨਹੀਂ ਆਉਂਦਾ ਉਹਦੀ ਗਵਰਨੈਂਸ ਈਗੋ ਦੀ ਹੋਏਗੀ, ਮੇਰਾ ਦੇਸ਼, ਮੇਰੀ ਦੁਨੀਆ, ਮੇਰਾ ਪਰਿਵਾਰ, ਹੈ ਨਾ। ਅਮੈਰੀਕਾ ਵੱਲ ਤਾਂ ਤੁਸੀਂ ਹੋਰ ਦੀਵਾਰ ਲਾ ਰਹੇ ਹੋ, ਆਈ ਨੋ, ਵਾਲਸ ਬਣਾ ਰਹੇ ਹੋ। ਟਾਈਮ ਮਾੜਾ ਹੈਗਾ ਕਿ ਓਵਰਆਲ ਸੈਂਟੀਮੈਂਟ ਵੀ ਵਰਲਡ ਦੇ ਵਿੱਚ ਕਈ ਐਲੀਮੈਂਟਸ ਹੈ, ਮੈਨੂੰ ਲੱਗਦਾ ਕਈ ਵਾਰੀ ਅਸੀਂ ਕਹਿੰਦੇ ਹਾਂ, ਪਰ ਦੂਸਰੇ ਪਾਸੇ ਯੂ ਨੋ ਟਾਈਮ ਮਾੜਾ ਵੀ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਉਹ ਹੱਦ ਹੁੰਦੀ ਹੈ, ਗੁਰੂ ਨਾਨਕ ਸਾਹਿਬ ਦਾ ਟਾਈਮ ਵੀ ਮੈਨੂੰ ਲੱਗਦਾ ਜਦੋਂ ਹੱਦ ਹੋਈ ਤਾਂ ਫਿਰ ਯੂ ਨੋ ਇੱਕ ਸਪਿਰਚੁਐਲਿਟੀ ਦੀ ਲਹਿਰ ਹੈ ਜਾਂ ਭਗਤੀ ਲਹਿਰ ਹੈ, ਔਰ ਇਹ ਕੰਪੈਸ਼ਨ ਦੀ ਖਾਸ ਤੌਰ 'ਤੇ ਜਿਹੜਾ ਤੁਸੀਂ ਦਇਆ ਦੀ ਗੱਲ ਕਰ ਰਹੇ ਹੋ, ਉਹਦੀ ਲਹਿਰ ਤਾਂ ਹੀ ਉਹ ਆਉਂਦੀ ਹੈ ਜਦੋਂ ਹੱਦ ਤੋਂ ਹੀ ਹੁੰਦੀ ਹੈ। ਸੋ ਇਸ ਵੇਲੇ ਯੂ ਨੋ ਉਹਦੀ ਵੀ ਬਹੁਤ, ਇਹ 550 ਜਿਹੜੀ ਯੂਨੀਵਰਸਰੀ ਸਾਡੀ ਅਸੀਂ ਮਨਾ ਰਹੇ ਹਾਂ, ਆਈ ਥਿੰਕ ਬੜੀ ਰਾਈਟਲੀ, ਬੜੀ ਟਾਈਮਲੀ ਹੈਗੀ ਹੈ। ਹਾਂਜੀ, ਕਿਉਂਕਿ ਮੈਂ ਕਹਾਂਗੀ ਆਪਾਂ ਅਗਲੀ ਜੂਨ ਤਾਂ ਪਤਾ ਨਹੀਂ ਆਉਣੀ ਕਿ ਨਹੀਂ, ਹੈ ਨਾ, ਦੇ ਕੀ ਹੈ, ਪਰ ਇਸ ਜੂਨ ਜੁਲਾਈ ਨਹੀਂ, ਇਸ ਜ਼ਿੰਦਗੀ ਵਿੱਚ ਹੀ ਤੁਸੀਂ ਨਿਆਏ ਵੇਖ ਲੈਂਦੇ ਹੋ। ਜਦੋਂ ਦਇਆ ਆਉਂਦੀ ਹੈ ਫਿਰ ਨਿਆਏ ਆਉਂਦਾ ਹੈ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੀ ਤੁੱਕ ਹੈ, ਪੂਰਾ ਨਿਆਉ ਕਰੇ ਕਰਤਾਰ, ਪੂਰਾ ਨਿਆਉ, ਅੱਧਾ ਨਹੀਂ, ਹੈ ਨਾ। ਕਰਤਾਰ ਮੀਨਸ ਕਰਤਾ, ਕਰਤਾ ਕੌਣ, ਜਿਸ ਦੇ ਵਿੱਚੋਂ ਦਇਆ ਨਿਕਲੀ ਹੈ। ਸੋ ਜਿਹੜੇ ਲੋਕ ਪੈਗੰਬਰ ਆਉਂਦੇ ਨੇ ਉਹ ਇਹੀ ਮੈਸੇਜ ਲੈ ਕੇ ਆਉਂਦੇ ਨੇ। ਸੋ ਜਿਹੜੀਆਂ ਹਕੂਮਤਾਂ ਨੇ, ਜਿਹੜੇ ਗਵਰਨੈਂਸ ਨੇ, ਜੇ ਉਹਨਾਂ ਤੋਂ ਇੱਕ ਪੰਨਾ ਹੀ ਲੈ ਲੈਣ ਵੀ ਵੇਖੋ ਜੇ ਲਾਂਘਾ ਖੁੱਲ੍ਹ ਸਕਦਾ ਹੈ ਇਸ ਹਾਲਾਤਾਂ ਵਿੱਚ, ਬਿਲਕੁਲ ਦੁਨੀਆ ਦੀ ਹਿਸਟਰੀ ਵਿੱਚ ਦੋ ਦੇਸ਼ ਐਸੇ ਹਾਲਾਤਾਂ ਵਿੱਚ ਹੋਣ ਅਤੇ ਇੱਕ ਲਾਂਘਾ ਖੁੱਲ੍ਹੇ, ਬਿਲਕੁਲ ਇੱਕ ਗੱਲਬਾਤ ਨਹੀਂ ਹੋਵੇ, ਇੱਕ ਲਾਂਘਾ ਖੁੱਲ੍ਹੇ ਜੀ, ਉਹ ਦਇਆ ਦਾ ਲਾਂਘਾ ਹੈ। ਬਿਲਕੁਲ 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 ਜੀ, ਨੋ ਬਹੁਤ ਸਾਰੀਆਂ ਹੋਰ ਗੱਲਾਂ ਕਰਨ 'ਤੇ ਜੀ ਕਰਦਾ, ਬਟ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸੋ ਆਈ ਥਿੰਕ ਇਹੀ ਜਿਹੜੀ ਕਿ ਕੰਪੈਸ਼ਨ ਦਇਆ ਦੇ ਨਾਲ ਇੰਨੇ ਲਾਂਘੇ ਖੁੱਲ੍ਹ ਗਏ, ਹੋਰ ਵੀ ਅਸੀਂ ਅਗਰ ਆਪਣੇ ਦਿਲ ਦੇ ਹੀ ਕੁਆਟ ਸਾਰੇ ਖੋਲ੍ਹ ਦਈਏ, ਆਈ ਥਿੰਕ ਤਾਂ ਯੂ ਨੋ ਉਹ ਦਿਨ ਦੂਰ ਨਹੀਂ ਜਿਹੜਾ ਅਸੀਂ ਇੱਕ ਡ੍ਰੀਮ ਕਰਦੇ ਹਾਂ ਨਾ ਕਿ ਵਰਲਡ ਇਜ਼ ਵਨ, ਇੱਕ ਫੈਮਲੀ ਅਸੀਂ ਮਹਿਸੂਸ ਕਰੀਏ ਔਰ ਹੋਏ। ਸੋ ਤੁਸੀਂ ਕੁਛ ਕਹੋਗੇ? ਥੈਂਕ ਯੂ ਸੋ ਮਚ ਫੋਰ ਬੀਂਗ ਹੇਅਰ। ਹਾਂਜੀ, ਨਹੀਂ ਨਹੀਂ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਸੰਗਤ ਸਭ ਤੋਂ ਵੱਡਾ, ਸਭ ਤੋਂ ਵੱਡੀ ਖੁਰਾਕ ਸੰਗਤ ਹੈ, ਹੈ ਨਾ। ਹਾਂਜੀ, ਅਤੇ ਹੁਣ ਤਾਂ ਤੁਸੀਂ ਸਾਨੂੰ ਸਾਗ ਅਤੇ ਮੱਕੀ ਦੀ ਰੋਟੀ ਖਵਾਉਣੀ ਹੈ, ਮੈਨੂੰ ਪਤਾ, ਪਰ ਖੁਰਾਕ ਪਿਆਰ ਹੁੰਦਾ ਖੁਰਾਕ, ਕਿਉਂਕਿ ਪਿਆਰ ਅਤੇ ਡਰ ਦੋ ਪਾਸੇ ਨੇ ਇੱਕ ਸਿੱਕੇ ਦੇ, ਪਿਆਰ ਅਤੇ ਨਫ਼ਰਤ ਨਹੀਂ, ਡਰ। ਜਿਹੜਾ ਬੰਦਾ ਨਫ਼ਰਤ ਕਰਦਾ ਉਹ ਡਰ ਵਿੱਚ ਨਫ਼ਰਤ ਕਰ ਰਿਹਾ ਹੁੰਦਾ। ਸੋ ਪਿਆਰ ਅਤੇ ਡਰ ਹੈ, ਤੁਸੀਂ ਹੁਣ ਚੁਣਨਾ ਹੈ ਵੀ ਮੈਂ ਪਿਆਰ ਕਰਨਾ ਕਿ ਡਰ ਕੇ ਰਹਿਣਾ। ਤੁਸੀਂ ਸਮਝੋ ਕਿ ਨਹੀਂ, ਮੈਂ ਨਹੀਂ, ਮੈਂ ਡਰ ਵਿੱਚ ਨਹੀਂ ਹਾਂ, ਮੈਨੂੰ ਨਫ਼ਰਤ ਹੈ ਕਿਉਂਕਿ ਮੈਂ ਤਕੜਾ ਹਾਂ ਅਤੇ ਉਹ ਨਹੀਂ ਤਕੜੀ। ਨਹੀਂ ਨਹੀਂ, ਤੁਸੀਂ ਡਰ ਵਿੱਚ ਹੋ। ਜਦੋਂ ਦੀ ਐਬਸੈਂਸ ਆਫ ਲਵ ਇਜ਼ ਫੀਅਰ, ਇਹ ਦੋ ਪਾਸੇ ਨੇ ਇੱਕ ਸਿੱਕੇ ਦੇ, ਤੁਸੀਂ ਟੌਸ ਕਰਨੇ ਨੇ। ਆਈ ਥਿੰਕ ਚੋਇਸ ਬੜੀ ਓਬਵੀਅਸ ਹੈ ਗੁਰੂ ਨਾਨਕ ਦੇ ਸਿੱਖਾਂ 'ਤੇ, ਫੀਅਰ ਤਾਂ ਚੂਜ਼ ਨਹੀਂ ਕਰਾਂਗੇ ਪਰ ਕੋਸ਼ਿਸ਼ ਜ਼ਰੂਰ ਕਰਾਂਗੇ, ਕਹਿਣ ਵਾਸਤੇ ਹੀ ਨਹੀਂ ਖਾਲੀ। ਥੈਂਕ ਯੂ ਸੋ ਮਚ ਫੋਰ ਕਮਿੰਗ ਹੇਅਰ। ਸਾਰਿਆਂ ਨੂੰ ਬਹੁਤ ਬਹੁਤ ਵਧਾਈ, ਵਾਹਿਗੁਰ ਬਾਬੇ ਨਾਨਕ ਦਾ ਜੀ। ਬਿਲਕੁਲ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਅਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।